ਇਹ ਧਾਰਮਿਕ ਇਸ਼ੂ ਨੇ ਜਿਹੜੇ ਪਿਸਤੌਲ ਪਾਉਣਾ ਹੈ ਵੀ ਗਰਦਨਾ ਵੱਢ ਦੋ ਤੇ ਇੱਕ ਇਹ ਆਪਣਾ ਸਟੇਟ ਬਣਾ ਲਓ ਖਾਲਸਾਣੇ ਧਾਰਮਿਕ ਇਸ਼ੂ ਹੈ ਸ਼ਸਤਰਧਾਰੀ ਹੋਣ ਨੂੰ ਗੁਰੂ ਸਾਹਿਬ ਨੇ ਕਿਹਾ ਤੁਸੀਂ ਇਹਨੂੰ ਮੰਨਦੇ ਨਹੀਂ ਇਹਦੇ ਤੇ ਜੀ ਹੋਰ ਰਵਾਲਵਰ ਜਾਂ ਪਿਸਤੌਲ ਕੀ ਪਾਇਆ ਹੋਇਆ ਸੀ ਉਹ ਦਿਖਾਉਣ ਨਹੀਂ ਤੁਸੀਂ ਅੱਜ ਇੰਨੀ ਸਿਕਿਉਰਿਟੀ ਲੈ ਕੇ ਚੱਲਦੇ ਹੋ ਤੇ ਜੇ ਉਹ ਇੱਕ ਰਵਾਲਵਰ ਲੈ ਕੇ ਚੱਲੇ ਤਾਂ ਕੰਸਟਰਕਟਿਵ ਕ੍ਰਿਟਿਸਿਜ਼ਮ ਕਿੱਥੇ ਹੈ ਮੈਡੀਕਲ ਨੂੰ ਮਹਿਕਮਾ ਮੈਨੂੰ ਖਤਰਾ ਤੇ ਮੈਂ ਇਹ ਰਵਾਲਵਰ ਕੱਢ ਕੇ ਲੋਕਾਂ ਨੂੰ ਦਿਖਾਉਂਗਾ ਵੀ ਮੇਰੇ ਕੋਲ ਆ ਜੀ ਮੈਂ ਉੱਤੇ ਚਿਪਾ ਕੇ ਤੁਹਾਡੇ ਨਾਲਦਿਆਂ ਕੋਲੇ ਤਾਂ ਹੁੰਦੇ ਹਨ ਇਹ ਦਿੱਤ ਸੋ ਇਹ ਤਾਂ ਸਰਕਾਰ ਦੇ ਕੰਮ ਨੇ ਸਾਨੂੰ ਪ੍ਰੋਟੈਕਟ ਕਰਨਾ ਉਹ ਆਪਣੇ ਆ ਪ੍ਰੋਟੈਕਟ ਕਰੇ ਪਰਕਾਰਾਂ ਦੇ ਬਚਾਏ ਬਚਦੇ ਤਾਂ ਸਿੱਧੂ ਮੂਸੇਵਾਲਾ ਅੱਜ ਨਾ ਜਾਂਦਾ ਸੰਦੀਪ ਨੰਗਲੰਗ ਅੰਬੀਆਂ ਨਾ ਜਾਂਦਾ ਅੱਜ ਕੱਲ ਬਠਿੰਡਾ ਦੇ ਵਿੱਚ ਕੋਟ ਦੇ ਬਾਹਰ ਇੱਕ ਕੁੜੀ ਨੂੰ ਗੋਲੀ ਮਾਰਤੀ ਸ큐ਰਟੀ ਲੈਣੀ ਤੇ ਮੈਂ ਆਪੇ 147 ਲੈ ਕੇ ਫਿਰੂੰਗਾ ਜਾਂ ਮੈਂ ਨਾਲ ਦੇ ਆਪਣੀ ਫੌਜ ਬਣਾ ਲਾਂ ਵੀ ਮੇਰੇ ਨਾਲ ਰੋ ਤੇ ਜਿਹੜਾ ਮੂਰੇ ਆਊਗਾ ਉਹਨੂੰ ਗੋਲੀਆਂ ਮਾਰਦੇ ਹੋ ਇੰਨਾ ਕੁ ਪੰਜਾਬ ਬਣਾ ਕੇ ਤੇ ਪ੍ਰਾਈਮ ਮਿਨਿਸਟਰ ਉਹਦੇ ਅਮਰਿਤਪਾਲ ਜੀ ਹੋਣਗੇ ਪਹਿਲਾਂ ਆਪਣਾ ਪੰਜਾਬ ਹਿਮਾਚਲ ਵਿੱਚ ਸੀ ਹਰਿਆਣਾ ਵਿੱਚ ਸੀ ਦਿੱਲੀ ਤੱਕ ਆ ਕੋਈ ਰੌਲਾ ਨਹੀਂ ਸੀ ਸਾਡਾ ਚੰਡੀਗੜ੍ਹ ਦਾ ਰਾਜ ਕਿਨੇ ਲੱਗ ਕਰਵਾਇਆ ਕਿਨੇ ਲੱਗ ਕਰਵਾਇਆ ਇਹ ਜੇ ਧੂਤਿਆਂ ਨੇ ਉਹ ਕਹਿੰਦੇ ਅਰਦਾਸ ਦੇ ਵਿੱਚ ਦੋ ਗੁਰਦੁਆਰੇ ਹੋਰ ਐਡ ਕਰ ਲਾਂਗੇ ਜਿੱਥੇ ਨਨਕਾਣਾ ਸਾਹਿਬ ਐਡ ਕੀਤਾ ਦਾ ਤੇਰੇ ਕਹੇ ਤੇ ਕਰ ਲਾਂਗੇ ਐਡ ਦੋਨਾ ਕੋ ਹੁਣ ਦੁਬਈ ਦੱਸੋ ਯਾਰ ਮੈਂ ਤਾਂ ਤਾਂ ਹੀ ਕਹਿੰਦਾ ਲੋਕਾਂ ਨੂੰ ਉਹ ਵੀ ਤੁਸੀਂ ਮਗਰ ਲੱਗ ਕੇ ਕਹਿੰਦਾ ਅੱਛਾ ਅਰਦਾਸ ਵੀ ਬਦਲ ਦੇਂਗਾ ਹੁਣ ਤੂੰ ਫਰ ਸਟੇਟ ਹੋਊਗੀ ਕਹਿੰਦੇ ਇੱਕ ਪਾਸੇ ਪਾਕਿਸਤਾਨ ਮੁਸਲਮ ਸਟੇਟ ਇਧਰ ਇੰਡੀਆ ਹਿੰਦੂ ਸਟੇਟ ਇਹ ਕੌਣ ਕਹਿੰਦਾ ਯਾਰ ਐਮੀ ਬੇਹੋਦਾ ਬੰਦੇ ਤੇ ਟਾਈਮ ਲਾਉਨੇ ਆਪਾਂ ਜ਼ਮੀਨਾਂ ਸਾਡੇ ਕੋਲ ਕੀਲਿਆਂ ਚ ਦੋ ਦੋਰ ਚਾਰ ਚਾਰ ਰਹਿ ਗਈ ਇੱਥੇ 10 ਬੱਚੇ ਹੋਣੇ ਚਾਹੀਦੇ ਆ ਕੌਣ ਖਿਲਾਊਗਾ ਰੋਟੀ ਕੌਣ ਦੇਊਗਾ ਘਰ ਛੱਤ ਕੌਣ ਦੇਊਗਾ ਕੈਸੇ ਯਾਰ ਅਨਪੜਾ ਨਹੀਂ ਗੱਲਾਂ ਉਸ ਦੀ ਤਾਂ ਭਾਈ 40-50 ਸਾਲ ਹੋਰ ਉਮਰ ਹੋਊਗੀ ਅੱਜ ਬੱਚੇ ਵਧਾ ਕੇ ਅਗਲੀਆਂ ਪੀੜ੍ਹੀਆਂ ਨੂੰ ਕਿਉਂ ਤੁ ਯਾਰ ਗਮਰਾਹ ਕਰ ਰਹੇ ਆਂ ਤੇ ਛੱਤ ਕੌਣ ਦਊਗਾ ਅਮਰਿਤਪਾਲ ਅਮਰਿਤ ਛਕੌਣ ਦਾ ਇੱਕ ਬੀੜਾ ਲੈ ਕੇ ਨੌਜਵਾਨ ਆਇਆ ਤੇ ਉਹਦੇ ਵਿਰੁੱਧ ਕਿਉਂ ਖੜ ਗਏ ਹੋ ਅੰਮ੍ਰਿਸ਼ ਕੌਣ ਇਹ ਪੂਰਾ ਸਕ੍ਰਿਪਟ ਲਿਖੀ ਜਾਂਦੀ ਐ ਇਹ ਅਮਰਿਤ ਛਕੌਣ ਨੂੰ ਜੇ ਇਹ ਨਾਂ ਲੈ ਕੇ ਉਹ ਨਾਲ ਗੱਲ ਚੱਲਣ ਫਿਰ ਤਾਂ ਭਾਂਡਾ ਹੀ ਫੁੱਟ ਜਾਵੇਗਾ ਚੱਕਣ ਦੀ ਗੱਲ ਕਰ ਰਹੇ ਆ ਗੁਰੂ ਨਾਲ ਜੋੜਨ ਦੀ ਗੱਲ ਕਰ ਰਹੇ ਆ ਇੱਕ ਪਾਸੇ ਆਪਾਂ ਕਹਿੰਦੇ ਆ ਵੀ ਅਸਲੇ ਚੱਕੋ ਕਰਦਣਾ ਲਾ ਲਓ ਇਹ ਅਸੀਂ ਤਾਂ ਪਹਿਲਾਂ ਮਰੇ ਪਏ ਆ ਆ گاਉਣ ਵਾਲਿਆਂ ਨੇ ਮਾਰਤਾ ਸਾਨੂੰ ਗਨ ਕਲਚਰ ਲਿਆ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਸਿੱਖ ਨੇਸ਼ਨ ਦੀ ਸਿੱਖ ਰਾਸ਼ਟਰ ਦੀ ਗੱਲ ਨਹੀਂ ਹੋਣੀ ਚਾਹੀਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਿ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਦੇਸ਼ ਦਾ ਪ੍ਰਧਾਨ ਮੰਤਰੀ ਆ ਕੇ ਕਹਿ ਦਿੰਦਾ ਤਾਂ ਉਹਦੇ ਤੇ ਕੋਈ ਰਿਐਕਸ਼ਨ ਨਹੀਂ ਆ ਪੰਜਾਬ ਦੇ ਮੌਜੂਦਾ ਮਾਹੌਲ ਤੇ ਸੰਸਦ ਰਵਨੀਤ ਸਿੰਘ ਬਿੱਟੂ ਐਕਟਿਵ ਹੋਏ ਨੇ ਲੁਧਿਆਣੇ ਦੇ ਮੁੱਦਿਆਂ ਤੇ ਵੀ ਗੱਲ ਕਰ ਰਹੇ ਆ ਜਦੋਂ ਸਿੱਖ ਪੰਥ ਜਾਂ ਪੰਥਕ ਇਸ਼ੂਜ਼ ਦੀ ਗੱਲ ਆਉਂਦੀ ਹੈ ਤਾਂ ਰਵਨੀਤ ਬਿੱਟੂ ਉਦੋਂ ਐਕਟਿਵ ਕਿਉਂ ਹੁੰਦੀ ਹੈ ਬੜਾ ਵੱਡਾ ਸਵਾਲ ਹੈ ਸਾਡੇ ਨਾਲ ਮੌਜੂਦ ਨੇ तमाम ਸਵਾਲਾਂ ਦੇ ਜਵਾਬ ਲਵਾਂਗੇ ਸਤਿ ਸ਼੍ਰੀ ਅਕਾਲ ਬਿੱਟੂ ਜੀ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਮੱਕੜ ਸਾਹਿਬ ਤੁਹਾਨੂੰ ਮੁਬਾਰਕਾਂ ਤੁਸੀਂ ਬਹੁਤ ਵੱਡੀ ਸੋਚ ਲੈ ਕੇ ਨੈਸ਼ਨਲ ਲੈਵਲ ਤੇ ਜਿਹੜਾ ਔਨ 에ਅਰ ਚੈਨਲ ਲੈ ਕੇ ਜਾ ਰਹੇ ਹੋ ਚਾਹੇ ਉਹ ਪੰਜਾਬੀ ਹੋਵੇ ਹਿੰਦੀ ਹੋਵੇ ਪਰਮਾਤਮਾ ਕਰੇ ਅੱਗੇ ਇੰਗਲਿਸ਼ 'ਚ ਵੀ ਤੁਸੀਂ ਲੈ ਕੇ ਜਾਓ ਸਭ ਤੋਂ ਪਹਿਲਾਂ ਇਸ ਚੀਜ਼ ਦੀ ਮੁਬਾਰਕਵਾਦ ਆ ਵੀ ਤੁਸੀਂ ਸਾਰੇ ਦੇਸ਼ ਦੇ ਵਿੱਚ ਆਪਣਾ ਨੈਟਵਰਕ ਇਹ ਸੋਚ ਵੱਡੀ ਆ ਤੁਹਾਡੀ ਇਸ ਨੂੰ ਮੁਬਾਰਕਵਾਦ ਸ਼ੁਕਰੀਆ ਬਿੱਟੂ ਜੀ ਪਰ ਪੰਥਕ ਇਸ਼ੂਜ਼ ਜਦੋਂ ਆਉਂਦੇ ਆ ਰਵਨੀਤ ਸਿੰਘ ਬਿੱਟੂ ਇਹਨੇ ਪ੍ਰੋਐਕਟਿਵ ਕਿਉਂ ਹੋ ਜਾਂਦੇ ਆ ਅਮਰਤ ਛਕਾਉਣ ਦਾ ਇੱਕ ਬੀੜਾ ਲੈ ਕੇ ਨੌਜਵਾਨ ਆਇਆ ਤੇ ਉਹਦੇ ਵਿਰੁੱਧ ਕਿਉਂ ਖੜ ਗਏ ਹੋ ਦੇਖੋ ਮੈਂ ਗੱਲ ਇਹ ਕਈ ਦਿਨਾਂ ਤੋਂ ਮੈਂ ਅਮਰਿਤਪਾਲ ਹੁਣ ਜਿਹੜੇ ਨੇ ਉਹਨਾਂ ਦੀ ਮੈਂ ਗੱਲ ਕਰਨੋਂ ਪ੍ਰੇਜ ਕਰ ਰਿਹਾ ਸੀ ਪਰ ਤੁਸੀਂ ਇਹ ਸਵਾਲ ਕੀਤਾ ਹੈ ਤਾਂ ਜ਼ਰੂਰ ਮੈਂ ਇਹਦਾ ਜਵਾਬ ਦਵਾਂਗਾ ਕੱਲ ਹੀ ਮੈਂ ਉਹਨਾਂ ਦੀ ਐਕਟੀਵਿਟੀਆਂ ਦੇਖ ਰਿਹਾ ਸੀ ਜਦੋਂ ਉਹ ਸੰਤ ਜਰਨੈਲ ਸਿੰਘ ਜਿਹੜੇ ਭਿੰਡਰਾਂ ਵਾਲੇ ਨੇ ਉਹਨਾਂ ਦੇ ਪਿਤਾ ਜੀ ਜੋਗਿੰਦਰ ਸਿੰਘ ਜੀ ਉਹਨਾਂ ਦੇ ਸਮਾਗਮ ਤੇ ਉਹ ਆਏ ਹੋਏ ਸੀ ਅਮਰਿਤ ਸ਼ਕਾਉਣਾ ਇੱਕ ਉਦੋਂ ਤਾਂ ਵੱਡੀ ਗੱਲ ਨਹੀਂ ਕੋਈ ਹਮ ਪਰ ਅਮਰਿਤ ਸ਼ਕਾਉਣ ਇਹ ਪੂਰਾ ਸਕ੍ਰਿਪਟ ਲਿਖੀ ਜਾਂਦੀ ਆ ਇਹ ਅਮਰਿਤ ਸ਼ਕਾਉਣ ਨੂੰ ਜੇ ਇਹ ਨਾਂ ਲੈ ਕੇ ਉਹ ਨਾਲ ਗੱਲ ਚੱਲਣ ਫਿਰ ਤਾਂ ਪਾਂਡਾ ਹੀ ਫੁੱਟ ਜੂਵੇ ਇਹ ਇੱਕ ਅਮਰਿਤ ਸ਼ਕਾਉਣ ਵਾਲੀ ਗੱਲ ਆ ਜਿਹੜੀ ਇਹਨੂੰ ਇੱਕ ਬਣਾਇਆ ਜਾ ਰਿਹਾ ਕਿਸ ਗੱਲ ਦਾ ਪਾਂਡਾ ਫੁੱਟਜੂਗਾ ਮੈਂ ਉਹੀ ਤੇ ਆਉਣਾ ਕੱਲ ਤੁਸੀਂ ਦੇਖਿਓ ਉਹ ਦੂਜਿਆਂ ਨੂੰ ਤਾਂ ਇਹ ਗੱਲਾਂ ਸਿੱਖਿਆ ਦਿੰਦੇ ਆ ਮੈਂ ਕੋਈ ਕਹਿਣ ਵਾਲਾ ਨਹੀਂ ਬਣਦਾ ਹੁਣ ਉਹ ਕਹਿਣਗੇ ਜੀ ਤੁਹਾਡੇ ਕੋਲ ਤਾਂ ਸਰਕਾਰ ਦੇ ਬੰਦੇ ਆ ਸਰਕਾਰ ਨੂੰ ਜੇ ਗਵਰਨਮੈਂਟ ਨੂੰ ਇਹ ਲੱਗੂਗਾ ਵੀ ਤੁਹਾਨੂੰ ਥ੍ਰੈਟ ਆ ਕਿਸੇ ਮੁਲਕ ਦੇ ਦੇਸ਼ਾਂ ਤੋਂ ਤਾਂ ਤੁਹਾਨੂੰ ਵੀ ਸਰਕਾਰ ਪ੍ਰੋਟੈਕਸ਼ਨ ਦਊਗੀ ਸਰਕਾਰ ਤੁਹਾਨੂੰ ਬਚਾਊਗੀ ਉਸ ਦਿਨ ਜਿਵੇਂ ਉਹਨਾਂ ਨੇ ਉੱਥੇ ਜਾਂ ਉਹ ਕਹਿੰਦੇ ਹਾਂ ਜੀ ਸਾਨੂੰ ਤਾਂ ਕੋਈ ਫਰਕ ਨਹੀਂ ਪਰ ਇਹ ਸਿਕਿਉਰਿਟੀ ਏਜੰਸੀਜ਼ ਦੇਖਦੀਆਂ ਆਏ ਵੀ ਉਸ ਦਿਨ ਜਦੋਂ ਉਹਨਾਂ ਨੇ ਸਮਾਗਮ ਜਲੰਧਰ ਤੇ ਜਾਣਾ ਸੀ ਇਹ ਸੀ ਵੀ ਕਲੈਸ਼ ਨਾ ਹੋ ਜੇ ਹਿੰਦੂ ਸਿੱਖ ਦਾ ਤੇ ਇਸ ਕਰਕੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਰੋਕਿਆ ਗਿਆ ਵੀ ਕਿਤੇ ਉਹਨਾਂ ਦੀ ਸੁਰੱਖਿਆ ਨੂੰ ਦੇਖ ਕੇ ਉਹ ਇਹ ਕਹਿ ਸਕਦੇ ਆ ਵੀ ਮੈਨੂੰ ਨਹੀਂ ਲੋੜ ਹਰ ਤੁਸੀਂ ਕੱਲ ਦੇਖਿਓ ਵੀ ਅਸੀਂ ਸਿੱਖਿਆ ਕੀ ਦੇ ਰਹੇ ਹਾਂ ਅਸੀਂ ਤਾਂ ਪਹਿਲਾਂ ਮਰੇ ਪਏ ਆ ਆ گاਉਣ ਵਾਲਿਆਂ ਨੇ ਮਾਰਤਾ ਸਾਨੂੰ ਗਨ ਕਲਚਰ ਲਿਆ ਕੇ ਇਸ ਤਰੀਕੇ ਨਾਲ ਗਾਣੇ ਪਾਏ ਤੇ ਹੁਣ ਸੀਐਮ ਸਾਹਿਬ ਨੂੰ ਇਹਦਾ ਸਰਕਾਰ ਨੂੰ ਜਿਹੜਾ ਆਰਡਰ ਜਾਰੀ ਕਰਨਾ ਪਿਆ ਤੇ ਹੁਣ ਤੁਸੀਂ ਕੱਲ ਉਹਨਾਂ ਦੀ ਸਟੇਜ ਤੇ ਆਪਣੇ ਚੈਨਲ ਤੇ ਜ਼ਰੂਰ ਦਿਖਾਓ ਇੱਕ ਤਾਂ ਹੁਣ 2-3 ਕੁਰਬਾਨਾਂ ਪਾਈਆਂ ਹੋਈਆਂ ਹੂੰ ਜ਼ਰੂਰ ਪਾਉਣ ਹੁਣ ਉਦੋਂ ਉੱਤੇ ਇੱਕ ਇਸ ਕੱਲ ਦਾ ਕਾਹਦਾ ਵਿਰੋਧ ਹੈ ਜੇ ਦੋ ਕੁਰਬਾਨਾਂ ਪਾਈਆਂ ਤਿੰਨ ਪਾਈਆਂ ਉਹ ਤੋਂ ਉਦੋਂ ਬਾਅਦ ਸੁਣੋ ਨਾ ਉਹ ਤਾਂ ਪਾਈਆਂ ਸੁਰੱਖਿਆ ਲਈ ਜਿਹੜਾ ਉਹ ਕਹਿੰਦੇ ਆ ਨਾ ਵੀ ਵੀ ਸਾਨੂੰ ਗੁਰੂ ਮਹਾਰਾਜ ਨੇ ਇਹ ਨਾਲ ਜਿਹੜਾ ਇਹ ਰੱਖਣ ਨੂੰ ਸ਼ਸਤਰਧਾਰੀ ਹੋਣ ਨੂੰ ਗੁਰੂ ਸਾਹਿਬ ਨੇ ਕਿਹਾ ਤੁਸੀਂ ਇਹਨੂੰ ਮੰंदे ਨਹੀਂ ਇਹਦੇ ਚ ਨਹੀਂ ਸੁਣੋ ਨਾ ਉਦੋਂ ਬਾਅਦ ਉਹਨਾਂ ਨੇ ਕੱਲ ਇੱਕ ਉੱਤੇ ਚ ਹੀ ਹੋਰ ਰਿਵਾਲਵਰ ਜਾਂ ਪਿਸਤਲ ਕੀ ਪਾਇਆ ਹੋਇਆ ਸੀ ਉਹ ਦਿਖਾਉਣ ਨੂੰ ਇੱਕ ਨਾਲ ਹੋਰ ਖੜਾ ਏ ਉਹ ਤੁਸੀਂ ਦੇਖਿਓ ਉਹ ਕੱਪੜਾ ਕਦੇ ਰਿਵਾਲਵਰ ਨੂੰ ਨੰਗਾ ਕਰ ਲੈਂਦਾ ਕਦੇ ਉਹ ਤੇ ਐਂ ਹੱਥ ਧਰ ਲੈਂਦਾ ਏ ਇੱਕ ਪਾਸੇ ਤਾਂ ਜੀ ਇਹਦਾ ਜੀ ਲੌਜੀਕਲ ਤੇ ਕੰਸਟਰਕਟਿਵ ਕ੍ਰਿਟਿਸਿਜ਼ਮ ਕਿੱਥੇ ਹੈ ਤੁਹਾਡੇ ਕੋਲੇ ਕਿੰਨੀ ਸਿਕਿਉਰਟੀ ਹੈ ਤੁਹਾਨੂੰ ਤੁਹਾਡੇ ਤੇ ਥ੍ਰੈਟ ਹੈ ਤੁਹਾਡੇ ਪਰਿਵਾਰ ਦੇ ਉੱਤੇ ਹਮੇਸ਼ਾ ਹੀ ਰਿਹਾ ਤੁਸੀਂ ਅੱਜ ਇੰਨੀ ਸਿਕਿਉਰਟੀ ਲੈ ਕੇ ਚੱਲਦੇ ਹੋ ਤੇ ਜੇ ਉਹ ਇੱਕ ਰਵਾਲਵਰ ਲੈ ਕੇ ਚੱਲ ਰਹੇ ਤਾਂ ਇਸ ਕੰਸਟਰਕਟਿਵ ਕ੍ਰਿਟਿਸਿਜ਼ਮ ਕਿੱਥੇ ਹੈ ਮੇਰਾ ਮੈਂ ਮੈਂ ਕੌਣ ਹੁੰਨਾ ਹੈ ਮੈਂ ਜੇ ਕੱਲੋਂ ਮਹਿਕਮਾ ਮੈਨੂੰ ਖਤਰਾ ਤੇ ਮੈਂ ਇਹ ਰਵਾਲਵਰ ਕੱਢ ਕੇ ਲੋਕਾਂ ਨੂੰ ਦਿਖਾਉਂਗਾ ਵੀ ਮੇਰੇ ਕੋਲ ਆ ਜੀ ਮੈਂ ਉੱਤੇ ਚਿਪਾ ਕੇ ਤੁਹਾਡੇ ਨਾਲਦਿਆਂ ਕੋਲੇ ਤਾਂ ਹੁੰਦੇ ਆ ਨਾ ਮੈਂ ਕਹਿੰਦਾ ਇੱਕ ਵੀ ਨਹੀਂ ਇਹ ਤਾਂ ਇਹ ਤਾਂ ਸਰਕਾਰ ਦੇ ਕੰਮ ਨੇ ਸਾਨੂੰ ਪ੍ਰੋਟੈਕਟ ਕਰਨਾ ਉਹ ਆਪਣੇ ਆਪ ਪ੍ਰੋਟੈਕਟ ਕਰੇਗੀ ਤਾਂ ਤੁਸੀਂ ਕੀ ਚਾਹੁੰਦੇ ਹੋ ਅਮਰਪਾਲ ਸਰਕਾਰ ਨੂੰ ਕਹੇ ਕਿ ਮੈਨੂੰ ਪ੍ਰੋਟੈਕਟ ਕਰੋ ਨਹੀਂ ਨਹੀਂ ਉਹ ਕਹਿੰਦਾ ਕਿ ਖਾਲਸਾ ਸ਼ਸਤਰਧਾਰੀ ਹੋਵੇ ਗੁਰੂ ਸਾਹਿਬ ਨੇ ਕਿਹਾ ਆਤਮ ਰੱਖਿਆ ਕਰੋ ਇਹ ਹੀ ਤਾਂ ਗੱਲ ਆ ਉਹਨੂੰ ਕਹਿਣ ਦੀ ਲੋੜ ਥੋੜੀ ਪੈਂਦੀ ਆ ਜਦੋਂ ਕਿਸੇ ਨੂੰ ਕੋਈ ਖਤਰਾ ਹੋਵੇ ਦੇਸ਼ ਦੇ ਕੋਈ ਵੀ ਨਾਗਰਿਕ ਹੋਊਗਾ ਉਹਨੂੰ ਸਰਕਾਰ ਦੀ ਜ਼ਿੰਮੇਵਾਰੀ ਆ ਬਚਾਉਣੀ ਹੂੰ ਅਸੀਂ ਥੋੜੀ ਆਪਣੇ ਆਪ ਨੂੰ ਵੀ ਬੈ ਸਰਕਾਰਾਂ ਦੇ ਬਚਾਏ ਬਚਦੇ ਤਾਂ ਸਿੱਧੂ ਮੂਸੇਵਾਲਾ ਅੱਜ ਨਾ ਜਾਂਦਾ ਨਹੀਂ ਫਿਰ ਥੋੜਾ ਸੰਦੀਪ ਨੰਗਲ ਅੰਬੀਆਂ ਨਾ ਜਾਂਦਾ ਅੱਜ ਕੱਲ ਬਠਿੰਡਾ ਦੇ ਵਿੱਚ ਕੋਰਟ ਦੇ ਬਾਹਰ ਇੱਕ ਕੁੜੀ ਨੂੰ ਗੋਲੀ ਮਾਰਤੀ ਨਹੀਂ ਨਹੀਂ ਐਂ ਤਾਂ ਇਹ ਰਾਸ਼ਟਰਪਤੀ ਅਮਰੀਕਾ ਦੇ ਵੀ ਜਿਹੜਾ ਉਹ ਅਟੈਕ ਹੋਇਆ ਸਾਡੇ ਦੋ ਪ੍ਰਧਾਨ ਮੰਤਰੀ ਜਿਹੜੇ ਆ ਉਹ ਮਾਰੇ ਗਏ ਨੇ ਚੀਫ ਮਿਨਿਸਟਰ ਮੁੱਖ ਮੰਤਰੀ ਸਦਾਰ ਬਿਆਨ ਸਿੰਘ ਸਭ ਤੋਂ ਵੱਡ ਸਿਕਿਉਰਿਟੀ ਸੀ ਤੇ ਮੈਂ ਹੁਣ ਕੀ ਕਹਾਂ ਵੀ ਮੈਂ ਸਿਕਿਉਰਿਟੀ ਨਹੀਂ ਲੈਣੀ ਤੇ ਮੈਂ ਆਪੇ ਇੱਕ 47 ਲੈ ਕੇ ਫਿਰੂੰਗਾ ਜਾਂ ਮੈਂ ਨਾਲ ਦੇ ਆਪਣੀ ਫੌਜ ਬਣਾ ਲਾਂ ਵੀ ਮੇਰੇ ਨਾਲ ਰੋ ਤੇ ਜਿਹੜਾ ਮੂਰੇ ਆਊਗਾ ਉਹਨੂੰ ਗੋਲੀਆਂ ਮਾਰ ਦਿਓ ਇਹ ਕੰਮ ਮਤਲਬ ਸਿਮਰਨਜੀਤ ਸਿੰਘ ਮਾਨ ਵੀ ਰੱਖਦੇ ਆ ਤੁਹਾਡੀ ਨੌਲੇਜ ਹੋਵੇ ਤਾਂ ਉਹ ਵੀ ਆਪਦੇ ਨਾਲ ਹਥਿਆਰ ਰੱਖਦੇ ਚਲੋ ਤਾਂ ਹੁਣ ਉਮਰ ਨਹੀਂ ਰਹੀ ਚਲਾਉਣ ਦੀ ਅਸਲੇ ਨੂੰ ਨਹੀਂ ਮੈਂ ਐਗਜ਼ੈਂਪਲ ਦੇ ਰਿਹਾ ਤੁਹਾਨੂੰ ਨਹੀਂ ਅਸ ਮੈਂ ਕਿ ਜਿਹੜੇ ਇਹ ਸੋਚਦੇ ਧਾਰਨੀ ਐ ਉਹ ਆਪਦੇ ਨਾਲ ਹਥਿਆਰ ਰੱਖਦੇ ਐ ਅੱਜ ਹੁਣ ਤੁਸੀਂ ਇਹ ਗੱਲ ਕਹਿਤੀ ਇਹਦੇ ਨਾਲ ਇਹ ਵੀ ਜੋੜ ਲਓ ਹੁਣ ਵੀ ਮੈਂ ਤਾਂ ਜਿਹੜੀ ਗੱਲ ਕੀਤੀ ਆ ਪਰ ਜਿਹੜਾ ਇਹ ਵਾਰਦਾਤਾਂ ਰੋਜ਼ ਹੋ ਰਹੀਆਂ ਇਹ ਕਿਹਦੇ ਨਾਲ ਹੋ ਰਹੀਆਂ ਅਸਲੇ ਨਾਲ ਹੀ ਹੋ ਰਹੀਆਂ ਨਾ ਜੇ ਅਸਲੇ ਨੂੰ ਅਸੀਂ ਪ੍ਰਮੋਟ ਕੀਤਾ ਤੁਸੀਂ ਇੱਕ ਗੱਲ ਦੇਖੋ ਵੀ ਇੱਕ ਪਾਸੇ ਤਾਂ ਆਪਾਂ ਅਮਰਿਤ ਸ਼ਕਨ ਦੀ ਗੱਲ ਕਰ ਰਹੇ ਆਂ ਗੁਰੂ ਨਾਲ ਜੋੜਨ ਦੀ ਗੱਲ ਕਰ ਰਹੇ ਆ ਇੱਕ ਪਾਸੇ ਆਪਾਂ ਕਹਿੰਦੇ ਆ ਵੀ ਅਸਲੇ ਚੱਕੋ ਗਰਦਨਾ ਲਾ ਲਓ ਇਹਦਾ ਇਹਦਾ ਮੈਨੂੰ ਸਮਝਾਓ ਤਾਂ ਸਹੀ ਨਾ ਮਕਸਦ ਕੀ ਆ ਫੇਰ ਮੈਨੂੰ ਤੁਸੀਂ ਕਹਿੰਦੇ ਉਹਨਾਂ ਸਿੱਖ ਉਹਨਾਂ ਚ ਬੋਲਦੇ ਕਿਉਂ ਆ ਮੈਨੂੰ ਫਿਕਰ ਅੰਮ੍ਰਿਤਪਾਲ ਦਾ ਜਾਂ ਪੰਜਾਬ ਦਾ ਨਹੀਂ ਹੁੰਦਾ ਪੰਜਾਬ ਚ ਤਾਂ ਆਪਾਂ ਮਨੋਰਟੀਆ ਪਰ ਉਰੇ ਆਪਾਂ ਮжоਰਿਟੀ ਚਾ ਮੈਨੂੰ ਉਦੋਂ ਫਿਕਰ ਜਦੋਂ ਕਦ ਹੁੰਦਾ ਏ ਜਦੋਂ ਤੁਸੀਂ ਹੁਣ ਗੁਜਰਾਤ ਦੇ ਵਿੱਚ ਸਿੱਖਾਂ ਦੀ ਗੱਲ ਕਰਦੇ ਹੋ ਹੂੰ ਜਦੋਂ ਬਿਹਾਰ ਦੀ ਗੱਲ ਕਰਦੇ ਹਾਂ ਦਿੱਲੀ 'ਚ ਸਿੱਖਾਂ ਦੀ ਗੱਲ ਕਰਦੇ ਹਾਂ ਕਾਨਪੁਰ 'ਚ ਗੱਲ ਕਰਦੇ ਹਾਂ ਆਂਧਰਾ 'ਚ ਗੱਲ ਕਰਦੇ ਹਾਂ ਮੈਨੂੰ ਫਿਕਰ ਉੱਥੇ ਹੁੰਦਾ ਜਿੱਥੇ ਅਸੀਂ ਉੱਥੇ ਮinority 'ਚ ਆ ਜਦੋਂ ਇਹ ਇਹ ਜੀਆਂ ਗੱਲਾਂ ਕਰਦੇ ਆ ਹੁਣ ਇਹੀ ਬੰਦੀ ਸਿੱਖਾਂ ਦੇ ਪੋਸਟਰ ਦਰਦੀ ਜਾ ਦਾਦਰੀ ਚਾਰ ਚਰਖੀ ਲਾਏ ਹੂੰ ਉੱਥੇ ਚੱਕ ਕੇ ਦੂਜੇ ਸੰਗਠਨਾਂ ਨੇ ਉਹਨਾਂ ਨੂੰ ਧਮਕੀ ਦਿੱਤੀ ਗੁਰਦੁਆਰੇ ਦੇ ਪ੍ਰਧਾਨ ਨੂੰ ਵੀ ਲਾਹ ਨਹੀਂ ਤੈਨੂੰ ਦੇਖਾਂਗੇ ਤੇ ਉੱਥੇ ਫਿਰ ਕੌਣ ਬਚਾਊਗਾ ਜੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਮੇਰਾ ਸਵਾਲ ਲੈ ਲਓ ਇੱਥੇ ਬਹੁਤ ਲਾਜ਼ਮੀ ਹੈ ਜੇ ਦਿੱਲੀ 'ਚ 84 ਦੇ ਵਿੱਚ ਸਿੱਖ ਹਥਿਆਰਬੰਦ ਹੁੰਦੇ ਉਹਨਾਂ ਕੋਲੇ ਸ਼ਸਤਰ ਹੁੰਦਾ ਉਹ ਪਰਸਨਲ ਹਥਿਆਰ ਰੱਖੇ ਹੁੰਦੇ ਤਾਂ ਕੀ ਇੰਨਾ ਵੱਡਾ ਨੁਕਸਾਨ ਫਿਰ ਵੀ ਹੁੰਦਾ ਮੈਂ ਤੁਹਾਨੂੰ ਇਸ ਗੱਲ ਤੇ ਆਪ ਦੇ ਲਾ ਦਿੰਨਾ ਇਹ ਲੋਕਾਂ ਨੂੰ ਤਾਂ ਪਤਾ ਨਹੀਂ ਇਹ ਗੱਲਾਂ ਮੇਰਾ ਬਰਥ ਆ ਜਿਹੜਾ ਆਪ ਦਾ ਇਸ ਗੱਲ ਨਾਲ ਮੈਂ ਤੁਹਾਨੂੰ ਇਹਦੀ ਗੱਲ ਇਹ ਅਸਲੇ ਦੀ ਮੈਂ ਅਵੇਰਵਾ ਦਿੰਨਾ ਇਹਦਾ ਮੇਰੇ ਆਪ ਦੇ ਮੈਰਾ ਬਰਥ ਆ ਜਿਹੜਾ ਉਹ ਗਾਜ਼ੀਆਬਾਦ ਜ਼ਿਲ੍ਹੇ 'ਚ ਉਸ ਵੇਲੇ ਤੇ ਦਾਧਰੀ ਜਿਹੜਾ ਸੂਰਜਪੁਰ ਉੱਥੇ ਪਿੰਡ ਯੂਪੀ ਦੇ ਵਿੱਚ ਸਾਡੇ ਉੱਥੇ ਸਾਰਿਆਂ ਦੇ ਨਾਨਕੇ ਮੇਰੇ ਮੇਰੇ ਫਾਦਰ ਦੀ ਡੈਥ ਹੋ ਗਈ ਸੀ ਮੈਂ ਜਾਦਾ ਨਾਨਕੇ ਰਹਿੰਦਾ ਸੀ ਤੇ ਉੱਥੇ ਸਾਰਿਆਂ ਦੇ ਫਾਰਮ ਸੀਗੇ ਹੂੰ ਕੀ ਹੋਇਆ ਉਸ ਵੇਲੇ ਉਹ ਤਾਂ ਕੋਈ ਇਨਵੋਲਵ ਨਹੀਂ ਸੀਗੇ ਪਰ ਉਹ ਫਾਰਮ ਸੀ ਸਿੱਖਾਂ ਦੇ ਸਾਰੇ ਜਿੱਥੇ ਅੱਜਕੱਲ ਗੋਲਫ ਕੋਰਸ ਆ ਸਭ ਤੋਂ ਵੱਡਾ ਜਿਹੜਾ ਨੌਇਡੇ ਦਾ ਜਾਂ ਜਯਾਮਾ ਦੀ ਫੈਕਟਰੀ ਆ ਜਾਂ ਹੋਰ ਸਭ ਤੋਂ ਉਹ ਪਿੰਡਾਂ ਦੇ ਪਿੰਡ ਉੱਠ ਕੇ ਆ ਗਏ ਪਿੰਡਾਂ ਦੇ ਪਿੰਟ ਉੱਠ ਕੇ ਆ ਗਏ ਉਸ ਮੌਕੇ ਇਹਨਾਂ ਨੇ 50 ਫਾਰਮ ਸੀ 50 ਜੀਪਾਂ ਸੀ ਦੋ ਦੋ ਅਸਲੇ ਸੀ ਸਭ ਕੋਲ ਉਸ ਵੇਲੇ ਮੈਂ 100% ਸਹਿਮਤਾਂ ਵੀ ਉਹ ਅਸਲਾ ਦੇਖਦੇ ਹੋਏ ਜਦੋਂ 50 100 ਬੰਦੇ ਕੋਲ ਮਦੂਖਾਂ ਸੀ ਉਹ ਪਿੰਡਾਂ ਵਾਲੇ ਉਦੋਂ ਨਿਕਲ ਗਏ ਚਲੇ ਗਏ ਪਰ ਜਦੋਂ ਇਹ ਇੱਕ ਵਾਰੀ ਲੜਾਈ ਸ਼ੁਰੂ ਹੋ ਗਈ ਉਸ ਮੌਕੇ ਨੂੰ ਤਾਂ ਤੁਸੀਂ ਬਚਾ ਲਿਆ ਪਰ ਕਿੰਨੇ ਦਿਨ ਇੱਕ ਕਨਫਲਿਕਟ ਕਿੰਨੇ ਦਿਨ ਅਖੀਰ ਸਾਰੇ ਫਾਰਮ ਛੱਡ ਕੇ ਉਸ ਵੇਲੇ ਜਦੋਂ ਇਹ ਕੰਮ ਸ਼ੁਰੂ ਹੋਇਆ ਅੱਜ ਇੱਕ ਫਾਰਮ ਹਾਊਸ ਜਾਂ ਦੋ ਫਾਰਮ ਹਾਊਸ ਰਹਿ ਗਏ ਬਾਕੀ ਜਿਹੜੇ ਸਾਰੇ 50 100 ਫਾਰਮ ਹਾਊਸ ਸੀ ਸਾਰੇ ਸ਼ਿਫਟ ਕਰਕੇ ਅੱਜ ਮਾਛੀਵਾੜੇ 'ਚ ਬੈਠੇ ਆ ਕੋਈ ਸੰਗਰੂਰ 'ਚ ਬੈਠਾ ਮੇਰਾ ਕਹਿਣ ਦਾ ਭਾਅ ਵੀ ਆ ਵੀ ਇਹ ਚੀਜ਼ਾਂ ਤੁਸੀਂ ਇਹ ਮੰਨਦੇ ਹੋ ਕਿ ਇਸ ਮੌਜੂਦਾ ਸਟੇਟ ਦੇ ਵਿੱਚ ਮਾਈਨੋਰਟੀਜ਼ ਜਿਹੜੀਆਂ ਆ ਉਹ ਸੇਫ ਨਹੀਂ ਹੈਗੀਆਂ ਮਾਈਨੋਰਟੀਜ਼ ਦੇ ਰਾਈਟਸ ਪ੍ਰੋਟੈਕਟ ਨਹੀਂ ਹੋ ਰਹੇ ਦੇਖੋ ਇੱਕ ਗੱਲ ਖੁੱਲ ਕੇ ਮੈਂ ਕਹਿ ਦਿੰਦਾ ਇਹ ਚ ਜੀ ਗੱਲ ਲੱਗੀ ਲੱਗੂ ਨਹੀਂ ਚੰਗੀ ਮੇਰੇ ਕੋਲ 5 ਮਿੰਟ ਪਹਿਲਾਂ ਹੀ ਤੁਹਾਡੇ ਮਿਲਣ ਤੋਂ ਪਹਿਲਾਂ ਇੱਕ ਬਹੁਤ ਵੱਡੇ ਬਿਜ਼ਨਸਮੈਨ ਜਿਹੜੇ ਲੁਧਿਆਣੇ ਦੇ ਬੈਠੇ ਸੀ ਤੁਸੀਂ ਵੀ ਉਹ ਜ਼ਰੂਰ ਦੇਖੇ ਹੋਣੇਗਾ ਜਾਇ ਉਹ ਕਹਿੰਦੇ ਜੀ Hindu ਉਹ ਕਹਿੰਦੇ ਜੀ ਮੈਂ ਮੀ ਆਵੇ ਣੀਰੀ ਆਵੇ ਚਾਹੇ ਕੋਵਿਡ ਸੀ ਮੈਂ ਸ਼ੀਸ਼ਕੰਜ ਗੁਰਦੁਆਰਾ ਸਾਹਿਬ ਮੇਰਾ ਅਖੰਡ ਪਾਠ ਜਿਹੜਾ ਏ ਅਪ੍ਰੈਲ ਮਹੀਨੇ ਚ ਉੱਥੇ ਮੈਂ ਕਰਾਉਣਾ ਹੀ ਕਰਾਉਣਾ ਤੇ ਉਹ 84 ਜਾਂ 85 ਦਾ ਉਹ ਚੱਲ ਰਿਹਾ ਇਹ ਇੱਕ ਰਿਸ਼ਤਾ ਇਹ ਹਿੰਦੂ ਸਿੱਖ ਦਾ ਉਹ ਨਹੀਂ ਟੁੱਟ ਸਕਦਾ ਇਹ ਇੱਕ ਗੱਲ ਸਮਝ ਲਓ ਪਹਿਲਾਂ ਵੀ ਕੋਸ਼ਿਸ਼ ਕੀਤੀ ਆ ਪਰ ਇਹ ਗੱਲ ਸਾਨੂੰ ਮੰਨਣੀ ਪਊਗੀ ਮਾਈਨੋਰਟੀ ਸ਼ਬਦ ਕਿਉਂ ਦਿੱਤਾ ਹੈ ਉਹਦੀ ਡੈਫੀਨੇਸ਼ਨ ਕੀ ਆ ਇਸ ਕਰਕੇ ਅੱਜ ਅਸੀਂ ਪੰਜਾਬ ਦੇ ਵਿੱਚ ਤਾਂ ਹੀ ਬਾਰ ਬਾਰ ਕਹਿੰਦੇ ਆ ਨਾ ਵੀ ਸਾਨੂੰ ਸਿੱਖਾਂ ਨੂੰ ਜਿਹੜੇ ਅਸੀਂ ਉਹਰੇ ਮੈਜੋਰਿਟੀ ਚਾਂ ਉਹਨਾਂ ਨੂੰ ਬੜੇ ਹੀ ਧਿਆਨ ਨਾਲ ਉਰੇ ਰਹਿਣਾ ਚਾਹੀਦਾ ਕਿਉਂਕਿ ਉਰੇ Hindu, Muslim, Asai ਉਹ ਮਿਨੋਰਟੀ ਆ ਆਪਾਂ ਮੇਜੋਰਿਟੀ ਆ ਉਰੇ ਹਮ ਸਾਰੇ ਦੇਸ਼ ਆਪਾਂ ਮਿਨੋਰਟੀ ਆ ਮੈਂ ਮੇਜੋਰਿਟੀ ਆ ਤੇ ਬਾਕੀ ਜਿਹੜੇ ਨੇ ਉਹ ਮੇਜੋਰਿਟੀ ਚ ਨੇ ਜੇ ਅਸੀਂ ਕੋਈ ਉਰੇ ਰਿਐਕਸ਼ਨ ਕਰਾਂਗੇ ਇਹਦਾ ਅਸਰ ਬਿਲਕੁਲ ਹੁੰਦਾ ਏ ਵੀ ਅਸੀਂ ਉਰੇ ਕਿਸੇ ਨੂੰ ਜਦੋਂ ਅਸੀਂ ਇਹ ਕਹਨੇ ਆ ਵੀ ਉਹ ਹਿੰਦੂਤਵ ਦੀ ਗੱਲ ਕਰਦੇ ਆ ਦੂਜੇ ਰਾਸ਼ਟਰ ਦੀ ਗੱਲ ਕਰਦੇ ਆ Hindu ਦੇ ਸਾਨੂੰ ਚੰਗਾ ਲੱਗਦਾ ਸਾਨੂੰ ਚੰਗਾ ਲੱਗਦਾ ਹੈ ਉਹ ਵੀ ਕੰਡੈਮ ਹੋਣਾ ਚਾਹੀਦਾ ਉਹ ਇਹੀ ਗੱਲ ਉਹ ਕਰ ਰਹੇ ਆ ਕਿ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਦੇਸ਼ ਦਾ ਪ੍ਰਧਾਨ ਮੰਤਰੀ ਆ ਕੇ ਕਹਿ ਦਿੰਦਾ ਤਾਂ ਉਹਦੇ ਤੇ ਕੋਈ ਰਿਐਕਸ਼ਨ ਨਹੀਂ ਮੈਨੂੰ ਇਹ ਮੈਨੂੰ ਇਹ ਦੱਸੋ ਆਪਾਂ ਨੂੰ ਚੰਗੀ ਲੱਗਦੀ ਹੈ ਉਹ ਗੱਲ ਚਾਹੇ ਆਪਾਂ ਹਿੰਦੁਸਤਾਨੀ ਸਭ ਤੋਂ ਵੱਧ ਆਪਾਂ ਖੂਨ ਢੋਲਿਆ ਤੁਸੀਂ ਇਹ ਕਹਿ ਰਹੇ ਹੋ ਕਿ ਸਿੱਖ ਨੇਸ਼ਨ ਦੀ ਸਿੱਖ ਰਾਸ਼ਟਰ ਦੀ ਗੱਲ ਨਹੀਂ ਹੋਣੀ ਚਾਹੀਦੀ ਜਥੇਦਾਰ ਕਾਲ ਤਖਤ ਨੇ ਕੱਲ ਇਹ ਗੱਲ ਕਹੀ ਹੈ ਕਿ ਜੇ ਹਿੰਦੂ ਰਾਸ਼ਟਰ ਦੀ ਗੱਲ ਹੋਵੇ ਤਾਂ ਕੋਈ ਗੱਲ ਨਹੀਂ ਪਰ ਜੇ ਸਿੱਖ ਨੇਸ਼ਨ ਦੀ ਗੱਲ ਹੋ ਜੇ ਤਾਂ ਫਿਰ ਸਵਾਲ ਖੜੇ ਹੁੰਦੇ ਨੇ ਨਹੀਂ ਮੈਂ ਤਾਂ ਕਹਿਣਾ ਫਿਰ ਫਿਰ ਜਥੇਦਾਰ ਜੀ ਨੇ ਸਵਾਲ ਨਹੀਂ ਖੜੇ ਕੀਤੇ ਜੇ ਆਪਾਂ ਆਪਾਂ ਜੇ ਆਪਣੇ ਕੋਲ ਇਹੀ ਹੱਕ ਨੇ ਨਾ ਜੇ ਆਪਾਂ ਉਹ ਆਪਾਂ ਨੂੰ ਕੋਈ ਗੱਲ ਕਰਦੇ ਹਿੰਦੂ ਰਾਸ਼ਟਰ ਦੀ ਆਪਾਂ ਨੂੰ ਓਪੋਜ਼ ਕਰ ਰਹੇ ਆ ਕਿ ਨਹੀਂ ਕਰ ਰਹੇ ਫਿਰ ਜੇ ਆਪ ਆਪਾਂ ਤੁਸੀਂ ਇਹ ਕਹਿ ਰਹੇ ਹੋ ਕਿ ਸਿੱਖਾਂ ਨੂੰ ਰਾਜ ਨਹੀਂ ਮੰਗਣਾ ਚਾਹੀਦਾ ਆਪਾਂ ਆਪਾਂ ਆਪਣਾ ਹੀ ਰਾਜ ਯਾਰ ਭਗਵੰਤ ਮਾ ਸੈਪਰੇਟ ਸਿੱਖ ਸਟੇਟ ਦੀ ਕੋਈ ਲੋੜ ਨਹੀਂ ਹੈ ਤੁਸੀਂ ਮੈਨੂੰ ਇਹ ਦੱਸੋ ਉਰੇ ਦਾ ਮੁੱਖ ਮੰਤਰੀ ਹਮ ਅੱਜ ਤੱਕ ਪਹਿਲਾਂ ਗੱਲ ਛੱਡ ਦਿਓ ਸ਼ੁਰੂ ਵਿੱਚ ਜਦੋਂ ਜੁਆਇੰਟ ਸੀ ਜਾਂ ਅੱਜ ਤੱਕ ਕੌਣ ਬਣਦਾ ਰਿਹਾ ਮੁੱਖ ਮੰਤਰੀ ਅੱਜ ਤੱਕ ਮੰਤਰੀ ਮਕੌਣ ਬਣਦੇ ਰਹੇ ਨੇ ਅੱਜ ਤੱਕ ਸਾਰੀਆਂ ਚੀਜ਼ਾਂ ਤੇ ਹਮੇਸ਼ਾ ਹੀ ਪੰਜਾਬ ਚ ਦਾ ਸਿੱਖਾਂ ਸਿੱਖ ਦੇ ਕੋਲ ਮੈਂ ਅਮਰਤਪਾਲ ਦੀ ਇਹ ਗੱਲ ਕੋਟ ਕਰ ਦਿੰਨਾ ਮੇਰੇ ਧਿਆਨ ਆ ਗਈ ਇੱਕ ਇੰਟਰਵਿਊ ਚ ਉਹਨਾਂ ਨੇ ਕਿਹਾ ਕਿ ਇਸਾਈਆਂ ਕੋਲੇ 100 ਤੋਂ ਵੱਧ ਨੇਸ਼ਨ ਨੇ ਮੁਸਲਮਾਨਾਂ ਦੇ ਕੋਲੇ 80 ਤੋਂ ਵੱਧ 60 ਤੋਂ ਵੱਧ ਮੁਲਕ ਨੇ ਈਵਨ ਕਿ ਯਹੂਦੀਆਂ ਨੇ ਆਪਣਾ ਇੱਕ ਮੁਲਕ ਬਣਾਇਆ ਤਾਂ ਫਿਰ ਸਿੱਖਾਂ ਦਾ ਮੁਲਕ ਹੋਣ ਦੇ ਵਿੱਚ ਕੀ ਦਿੱਕਤ ਹੈ ਉਹ ਕਹਿੰਦੇ ਉਹ ਭਾਈ ਸਾਹਿਬ ਇਹਨਾਂ ਨੂੰ ਹਿਸਟਰੀ ਦਾ ਮੈਨੂੰ ਲੱਗਦਾ ਗਿਆਨ ਨਹੀਂਗਾ ਮੈਂ ਇਹਦੇ ਸਪੈਸੀਫਿਕ ਨਾਮ ਨਹੀਂ ਜਿਹੜੇ ਇਹੋ ਜਿਹੇ ਆਉਂਦੇ ਆ ਉਹ ਗੱਲਾਂ ਪਹਿਲਾਂ ਆਪਣਾ ਪੰਜਾਬ ਹਿਮਾਚਲ ਵਿੱਚ ਸੀ ਹਰਿਆਣਾ ਵਿੱਚ ਸੀ ਦਿੱਲੀ ਤੱਕ ਆ ਕੋਈ ਰੌਲਾ ਨਹੀਂ ਸੀ ਸਾਡਾ ਚੰਡੀਗੜ੍ਹ ਦਾ ਰਾਜ ਕਿਹਨੇ ਅਲੱਗ ਕਰਵਾਇਆ ਕਿਹਨੇ ਅਲੱਗ ਕਰਵਾਇਆ ਇਹੋ ਜਿਹੇ ਧੂਤਿਆਂ ਨੇ ਅਲੱਗ ਕਰਵਾ ਕੇ ਇੰਨਾ ਕੁ ਪੰਜਾਬ ਬਣਵਾ ਲਿਆ ਵੀ ਨਹੀਂ ਜੀ ਸਾਨੂੰ ਤਾਂ ਇਹ ਪੰਜਾਬੀਆਂ ਨੂੰ ਅਲੱਗ ਸੂਬਾ ਚਾਹੀਦਾ ਹੁਣ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕੱਲ ਨੂੰ ਇੰਨਾ ਕੁ ਪੰਜਾਬ ਬਣਾ ਕੇ ਤੇ ਪ੍ਰਾਈਮ ਮਿਨਿਸਟਰ ਉਹਦੇ ਅਮਰਿਤਪਾਲ ਜੀ ਹੋਣਗੇ ਤੁਸੀਂ ਲੋਕ ਮੈਂ ਸਵਾਲ ਪੁੱਛਣਾ ਚਾਹਨਾ ਹੂੰ ਤੇ ਪੰਜਾਬ ਦਾ ਪਾਸਪੋਰਟ ਕਿਹੜਾ ਹੋਊਗਾ ਤੇ ਅਸੀਂ ਇੰਨੀ ਸਟੇਟ ਚੋਂ ਦਿੱਲੀ 에ਅਰਪੋਰਟ ਚੜਨ ਲੱਗੇ ਵੀ ਉੱਥੇ ਵੀ ਸਾਨੂੰ ਵੀਜ਼ਾ ਲੈਣਾ ਪਿਆ ਕਰੂਗਾ ਬਫਰ ਸਟੇਟ ਹੋਊਗੀ ਕਹਿੰਦੇ ਇੱਕ ਪਾਸੇ ਪਾਕਿਸਤਾਨ ਮੁਸਲਮਾਨ ਸਟੇਟ ਇਧਰ ਇੰਡੀਆ ਹਿੰਦੂ ਸਟੇਟ ਇਹ ਕੌਣ ਕਹਿੰਦਾ ਯਾਰ ਵਿਚਾਲੇ ਕਹਿੰਦੇ ਸਿੱਖਾਂ ਦੀ ਬਫਰ ਸਟੇਟ ਨਾ ਉਹਦੀ ਲੜਾਈ ਨਾ ਉਹਦੀ ਲੜਾਈ ਤੁਹਾਨੂੰ ਪਤਾ ਨਹੀਂ ਗੁਰੂਆਂ ਨੇ ਮੁਸਲਮਾਨਾਂ ਨੇ ਕਿਹਦੇ ਨਾਲ ਲੜਾਈ ਲੜੀ ਸੀ ਤੁਸੀਂ ਭੁੱਲ ਜਾਂਦੇ ਹੋ ਤੁਹਾਨੂੰ ਦੁਸ਼ਮਣ ਪਿਆਰਾ ਲੱਗਣ ਲੱ ਜਾਂਦਾ ਗੁਰੂ ਦੇ ਜੇ ਤੁਸੀਂ ਗੁਰੂ ਦੀ ਗੱਲ ਕਰਦੇ ਹੋ ਠੀਕ ਆ ਹਿੰਦੁਸਤਾਨ ਦੇ ਮੁਸਲਮਾਨ ਦੀ ਮੈਂ ਗੱਲ ਨਹੀਂ ਕਰੂੰਗਾ ਕਦੇ ਉਹ ਸਾਡੇ ਸੱਤ ਤੋਂ ਵੱਧ ਦੇਸ਼ ਪ੍ਰਤੀ ਉਹਨਾਂ ਦਾ ਪਿਆਰ ਸਾਡੇ ਆਪਸ ਵਿੱਚ ਦਾ ਭਰਾ ਉਹ ਤੁਸੀਂ ਪਾਕਿਸਤਾਨ ਦੇ ਮੁਸਲਮਾਨ ਦੀ ਗੱਲ ਕਰਦੇ ਹੋ ਜਾਂ ਪਾਕਿਸਤਾਨ ਦੀ ਗੱਲ ਕਰਦੇ ਹੋ ਓਕੇ ਤਾਂ ਇੱਥੋਂ ਹੀ ਗਏ ਬਿੱਟੂ ਜੀ ਉਹ ਗਏ ਉਦੋਂ ਵੱਡ ਟੱਕ ਕੀਨੇ ਕੀਤੀ ਸਿੱਖਾਂ ਦੀ ਹਿਸਟਰੀ 'ਚ ਕਿਨੇ ਵੱਡਿਆਂ ਕਿਨੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ ਤਾਂ ਲੁੱਟੀਆਂ ਦੋਵੇਂ ਪਾਸੇ ਹੀ ਹੋਇਆ ਓਹੋ ਮੈਂ ਤਾਂ ਇਹ ਕਹਿਣਾ ਵੀ ਅੱਜੋ ਦਾ ਪਿਆਰ ਆਉਣ ਲੱਗ ਗਿਆ ਤੁਹਾਨੂੰ ਜਿਨ੍ਹਾਂ ਨੇ ਮਤਲਬ ਸਾਡੇ ਨਦੀਆਂ ਦਰਿਆ ਬਹਾਅ ਤੇ ਸਾਡੇ ਖੂਨ ਨਾਲ ਸਾਡੇ ਟੁਕੜੇ ਕਰ ਕਰ ਉਹ ਮੁਸਲਮਾਨਾਂ ਨੇ ਪਾਕਿਸਤਾਨਦਿਆਂ ਨੇ ਇੱਕ ਇੱਕ ਚੀਜ਼ ਅੱਜ ਸਾਡੇ ਜਿਹੜੇ ਵੱਡੇ ਤੋਂ ਵੱਡੇ ਸਾਡੇ ਫਾਰਮ ਹਾਊਸ ਵੱਡੇ ਤੋਂ ਵੱਡੇ ਸਾਡੇ ਘਰ ਨੇ ਉੱਥੇ ਰਹਿ ਗਏ ਅੱਜ ਆਪਾਂ ਯਾਰ ਸਿੱਖੇ ਇਸ ਗੱਲ ਨੂੰ ਕਿਵੇਂ ਭਲਾ ਦਿੰਨੇ ਕਿਸੇ ਦਾ ਤਾਂ ਕੁਝ ਗਿਆ ਹੀ ਨਹੀਂਗਾ ਜਿਨ੍ਹਾਂ ਨੇ ਕਤਲਿਆਮ ਹੋਇਆ ਉਹਦਾ ਸਾਡਾ ਹੋਇਆ ਉਹ ਤੁਹਾਨੂੰ ਅੱਜ ਚੰਗੇ ਲੱਗਦੇ ਬਫਰ ਸਟੇਟ ਚ ਅਸੀਂ ਦੱਸੋ ਕੈਸੀ ਗੱਲ ਕਰਦੇ ਹੋ ਜਿਹੜੇ ਤੁਹਾਡੇ ਗੁਰੂ ਇੱਕ ਪਾਸੇ Hindu ਜਿਹੜੇ ਤੁਹਾਡੇ ਗੁਰੂ ਮੇਰੇ ਗੁਰੂ ਮੇਰੇ ਤੁਹਾਡੇ ਗਲਤ ਬਗੜਾ ਮੇਰੇ ਗੁਰੂ ਸਾਰਿਆਂ ਦੇ ਗੁਰੂ ਉਹ ਤਾਂ ਸਾਰਿਆਂ ਦੇ ਸੀ ਆਪਾਂ ਉਹਨਾਂ ਨੂੰ ਵੰਡ ਕੇ ਸਿੱਖਾਂ ਚ ਲਿਆਉਣਾ ਚਾਹੁੰਦੇ ਆ ਉਹਨਾਂ ਨੇ ਲੜਾਈਆਂ ਲੜੀਆਂ ਹਰੇ ਧਰਮ ਖਾਤਰ ਕੌਮ ਖਾਤਰ ਅਸੀਂ ਕਹਿੰਨੇ ਆ ਜੀ ਸਾਡੀ ਇੰਨੀ ਕਸੂਬਾ ਵੀ ਅਸੀਂ ਗੁਰੂ ਦੇ ਪਟਨਾ ਸਾਹਿਬ ਅਰਦਾਸਾਂ ਕਰ ਕਰ ਕਰਤਾਰਪੁਰ ਸਾਹਿਬ ਖੁੱਲਿਆ ਹੁਣ ਤੁਸੀਂ ਨਦੇੜ ਸਾਹਿਬ ਵੀ ਮੈਂ ਅੱਗੇ ਵੀ ਕਿਹਾ ਇੰਟਰਵਿਊ ਚ ਉਹ ਗੁਰੂ ਮਹਾਰਾਜ ਦੇ ਪੰਜ ਪਿਆਰੇ ਕੌਣ ਸੀ ਜਦੋਂ ਗੁਰੂ ਮਹਾਰਾਜ ਨੇ ਸੀਸ਼ ਮੰਗੇ ਸਿਰ ਮੰਗੇ ਕਿੱਥੋਂ ਕਿੱਥੋਂ ਆਏ ਸੀ ਇਸ ਗੱਲ ਦਾ ਵੀ ਉਹ ਜਵਾਬ ਦਿੰਦੇ ਆ ਉਹ ਕਹਿੰਦੇ ਅਰਦਾਸ ਦੇ ਵਿੱਚ ਦੋ ਗੁਰਦੁਆਰੇ ਹੋਰ ਐਡ ਕਰ ਲਾਂਗੇ ਜਿੱਥੇ ਨਨਕਾਣਾ ਸਾਹਿਬ ਐਡ ਕੀਤਾ ਤੇਰੇ ਕਹੇ ਤੇ ਕਰ ਲਾਂਗੇ ਐਡ ਤੂੰ ਹੁਣ ਨਾ ਕਹ ਹੁਣ ਦੁਬਈ ਦੱਸੋ ਯਾਰ ਮੈਂ ਤਾਂ ਤਾਂ ਹੀ ਕਹਣਾ ਲੋਕਾਂ ਨੂੰ ਉਹ ਵੀ ਤੁਸੀਂ ਮਗਰ ਲਾ ਕੇ ਕਹਿੰਦਾ আচ্ছা ਅਰਦਾਸ ਵੀ ਬਦਲ ਦੇਂਗਾ ਹੁਣ ਤੂੰ ਬਚਾਓ ਇਹੋ ਜਿਹੇ ਬੰਦਿਆਂ ਤੋਂ ਜਿਹੜੇ ਕਹਿੰਦੇ ਸਿੱਖਾਂ ਦੀ ਵਧਣੀ ਚਾਹੀਦੀ ਹੈ ਹਰ ਸਿੱਖ ਦਾ ਹਰ ਸਿੱਖ ਵੱਧ ਤੋਂ ਵੱਧ ਕਟੋਕੜ 4-4 3-3 ਬੱਚੇ ਪੈਦਾ ਕਰੇ ਪੋਪੂਲੇਸ਼ਨ ਘਟ ਗਈ ਸਿੱਖਾਂ ਦੀ ਪੰਜਾਬ 'ਚ ਚਲੋ ਕਿਉਂ ਇੰਨਾ ਇਸ ਐਮੀ ਬੇਹੋਦਾ ਬੰਦੇ ਤੇ ਟਾਈਮ ਲਾਉਨੇ ਆਪਾਂ ਜਮੀਨਾਂ ਸਾਡੇ ਕੋਲ ਕੀਲਿਆਂ 'ਚ ਦੋ-ਦੋ ਵਰ 4-4 ਰਹਿ ਗਈ ਇੱਥੇ ਅਸੀਂ ਬੱਚੇ ਵਧਾ ਕੇ ਪੋਪੂਲੇਸ਼ਨ ਵਧਾ ਕੇ ਅਸੀਂ ਤਾਂ ਸਿਆਣੇ ਆ ਸਭ ਤੋਂ ਪਹਿਲਾਂ ਸਮਝੇ ਵੀ ਇਸ ਪੋਪੂਲੇਸ਼ਨ ਨੂੰ ਕਿਸ ਤਰੀਕੇ ਨਾਲ ਘਟਾਉਣਾ ਹੈ ਹੁਣ ਤੁਸੀਂ ਇਸ ਪਿੱਛੇ ਆਪਣੇ ਘਰ ਦੀ ਤਬਾਹੀ ਕਰ ਲੋ ਵੀ ਦੂਜੇ ਦਾ ਘਰ ਸਾੜਨਾ ਅਸੀਂ ਆਪਣਾ ਘਰ ਤਬਾਹ ਕਰ ਲੋ ਵੀ ਨਹੀਂ ਇੱਥੇ 10 ਬੱਚੇ ਹੋਣੇ ਚਾਹੀਦੇ ਆ ਕੌਣ ਖਿਲਾਊਗਾ ਰੋਟੀ ਕੌਣ ਦੇਊਗਾ ਘਰ ਛੱਤ ਕੌਣ ਦੇਊਗਾ ਕੈਸੀ ਯਾਰ ਅਨਪੜਾ ਨਹੀਂ ਗੱਲਾਂ ਲੋਕ ਮੈਂ ਸਮਝਦਾ ਕਿਵੇਂ ਮਗਰ ਲੱਗ ਰਹੀ ਐ ਇਸ ਗੱਲਾਂ ਤੇ ਪੋਪੂਲੇਸ਼ਨ ਵਧਾਉਣੀ ਆ ਦੱਸੋ ਜੇ ਤੇਰੀ ਤਾਂ ਭਾਈ 40 50 ਸਾਲ ਹੋਰ ਉਮਰ ਹੋਊਗੀ ਅੱਜ ਬੱਚੇ ਵਧਾ ਕੇ ਅਗਲੀਆਂ ਪੀੜ੍ਹੀਆਂ ਨੂੰ ਕਿਉਂ ਤੂੰ ਯਾਰ ਗਮਰਾਹ ਕਰ ਰਹੇ ਆ ਨਵੇਂ ਕੰਡੇ ਬੀਜ ਰਹੇ ਆ ਇੱਥੇ ਪੰਜਾਬ 'ਚ ਤਾਂ ਪਹਿਲਾਂ ਸਾਡੇ ਕੋਲ ਕਿਸੇ ਕੋਲ ਜ਼ਮੀਨ ਨਹੀਂ ਰਹਿ ਗਈ ਇਸੇ ਕਰਕੇ ਲੋਕ ਬਾਹਰ ਜਾ ਰਹੇ ਆ ਵਪਾਰ ਕਰਨ ਕੰਮ ਕਰਨ ਜਾ ਰਹੇ ਆ ਸਾਰੇ ਹਿੰਦੁਸਤਾਨ ਚੋ ਵੀ ਕਿਉਂਕਿ ਤੁਸੀਂ ਇਹਨੂੰ ਬਫਰ ਸਟੇਟ ਬਣਾਉਣਾ ਚਾਹੁੰਦੇ ਹੋ ਸਾਰੇ ਪੰਜਾਬ ਕਿੰਨਾ ਕਰੋੜ ਲੋਕ ਹੋਣੇ ਆ ਬਾਹਰ ਆਪਣੇ ਉਹਨਾਂ ਨੂੰ ਸਾਰਿਆਂ ਨੂੰ ਫਿਰ ਉਰੇ ਹੀ ਆਉਣਾ ਪਊਗਾ ਨਾ ਉਰੇ ਹੀ ਰਹਿਣਗੇ ਆ ਕੇ ਤੇ ਛੱਤ ਕੌਣ ਦੇਊਗਾ ਅਮਰਿਤਪਾਲ ਟਰੱਕ ਡਰਾਈਵਰ ਦੇਊਗਾ ਉੱਥੇ ਉਹਨਾਂ ਨੂੰ ਛੱਤ ਜਿਹੜੇ ਬਾਹਰਲੇ ਸਾਡੇ ਬਿਜ਼ਨਸ ਕਰਦੇ ਆ ਉਹਨਾਂ ਨੂੰ ਪੁੱਛੋ ਤਾਂ ਸਹੀ ਕਿਸੇ ਨੂੰ ਉਰੇ ਇੱਕ ਗੱਲ ਉਹ ਉਹ ਇੱਕ ਗੱਲ ਉਹ ਕਹਿੰਦਾ ਗੁਲਾਮ ਆ ਅਸੀਂ ਤੁਸੀਂ ਨਹੀਂ ਮੰਨਦੇ ਤੁਸੀਂ ਗੁਲਾਮ ਹੋ ਤੁਸੀਂ ਦੱਸੋ ਤੁਸੀਂ ਦੱਸੋ ਤੁਸੀਂ ਨਹੀਂ ਮੰਨਦੇ ਮੈਂ ਮੈਂ ਤਾਂ ਉਸ ਪਾਰਲੀਮੈਂਟ ਦਾ ਐਮਪੀ ਆ ਮੈਂ ਤਾਂ ਦੇਸ਼ ਦਾ ਮੈਨੂੰ ਉਸ ਜਗ੍ਹਾ ਮਿਲੀ ਹੋਈ ਹੈ ਤੁਸੀਂ ਪਾਰਲੀਮੈਂਟ ਦੇ ਐਮਪੀ ਸਿਮਰਨਜੀਤ ਸਿੰਘ ਮਾਨ ਵੀ ਨੇ ਉਹ ਵੀ ਕਹਿੰਦੇ ਗੁਲਾਮਾਂ ਸੀ ਨਹੀਂ ਉਹਨਾਂ ਨੇ ਕਦੇ ਨਹੀਂ ਕਿਹਾ ਉੱਥੇ ਸੌਂ ਚੱਕਦੇ ਆ ਇੱਥੇ ਆ ਕੇ ਤੁਸੀਂ ਇੰਟਰਵਿਊਾਂ 'ਚ ਕਹਾਨੂੰ ਉੱਥੇ ਤਾਂ ਉਹ ਦੇਸ਼ ਦੀ ਸੌਂ ਚੱਕ ਕੇ ਤੀਜੀ ਵਾਰ ਐਮਪੀ ਬਣ ਗਏ ਉਸ ਉਸ ਉੱਥੋਂ ਜਾ ਕੇ ਤਾਂ ਉਹ ਐਮਪੀ ਦੀ ਸੌਂ ਨਾ ਚੱਕਦੇ ਜ਼ੈਨੀ ਗੁਲਾਮੀ ਨਹੀਂ ਹੈ ਕੋਈ ਗੁਲਾਮੀ ਨਹੀਂ ਪੰਜਾਬ ਦੇ ਪਾਣੀ ਪੰਜਾਬ ਦੇ ਹੱਕ ਖੋਏ ਜਾ ਰਹੇ ਉਹ ਗੁਲਾਮੀ ਨਹੀਂ ਹੈ ਬਿੱਟੂ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ ਉਹ ਗੁਲਾਮੀ ਨਹੀਂ ਹੈ ਇਹ ਫੈਸਲੇ ਕਿ ਨਹੀਂ ਕੀਤੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਉਹ ਮਾਨ ਨਹੀਂ ਮਿਲਿਆ ਬਾਕੀ ਭਾਸ਼ਾਵਾਂ ਜਿਹੜਾ ਟੂ ਜਿਹੜੀ ਟੂ ਐਜੂਕੇਸ਼ਨ ਪਾਲਿਸੀ ਲੈਂਗੁਏਜ ਦੀ ਲੈ ਕੇ ਆਈ ਸੈਂਟਰ ਗਵਰਨਮੈਂਟ ਮੈਂ ਤਾਂ ਕਹਿਣਾ ਜੀ ਜਿੰਨਾ ਸਾਡਾ ਮਾਨ ਆ ਨਾ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦੀ ਅੱਜ ਭਾਜਪਾ ਕੇ ਦੇਸ਼ 'ਚ ਯੂਨੀਫਾਰਮ ਸਿਵਲ ਕੋਡ ਹੋ ਜੇ ਉਹ ਗੁਲਾਮੀ ਨਹੀਂ ਹੈ ਬਿਲਕੁਲ ਕੋਈ ਗੁਲਾਮੀ ਨਹੀਂ ਇਹ ਤਾਂ ਮੈਂ ਸਮਝਦਾ ਬੀਜੇਪੀ ਦੀ ਗੱਲ ਛੱਡੋ ਯਾਰ ਬੀਜੇਪੀ ਨੇ ਤਾਂ 2 ਸਾਲ ਰਹਿਣਾ ਜਾਂ ਉਹਨੇ ਪਰੇ ਚਲੇ ਜਾਣਾ ਆਪਾਂ ਬੀਜੇਪੀ ਦੀ ਗੱਲ ਕਿਉਂ ਕਰੀ ਇਹ ਦੇਸ਼ ਬੀਜੇਪੀ ਦਾ ਹੈ ਇਹ ਦੇਸ਼ ਕਾਂਗਰਸ ਦਾ ਹੈ ਇਹ ਦੇਸ਼ ਕਿਸੇ ਅਕਾਦੀ ਦਾ ਨਹੀਂ ਇਸੇ ਦੇਸ਼ ਜੀ ਹੋਇਆ ਮੈਂ ਕਹਿੰਦਾ ਤੁਸੀਂ ਇਸ ਦੇਸ਼ ਨੂੰ ਕਿਵੇਂ ਸਰਕਾਰ ਚ ਹੋਇਆ ਤੁਸੀਂ ਇਸ ਦੇਸ਼ ਨੂੰ ਆਪਣਾ ਮੰਨਣਾ ਕਿਵੇਂ ਕਹਿ ਦੋਗੇ ਵੀ ਦੇਸ਼ ਸਰਕਾਰਾਂ ਚ ਕੁਝ ਹੁੰਦਾ ਉਹਨੂੰ ਮਾੜੇ ਫੈਸਲੇ ਕਹਿ ਕੇ ਕੰਡੈਮ ਹੁੰਦੇ ਆ ਕੋਰਟ ਬੈਠੀਆ ਸਭ ਕੁਝ ਪਰ ਆਪਾਂ ਆਪਣੇ ਮੁਲਕ ਨੂੰ ਕਿਵੇਂ ਕਹਿ ਦਾਂਗੇ ਵੀ ਇਹ ਸਾਡਾ ਮੁਲਕ ਨਹੀਂਗਾ ਬਈ ਮੈਂ ਤਾਂ ਬਹੁਤ ਹੈਰਾਨ ਹੋ ਗਿਆ ਇਸ ਗੱਲ ਤੇ ਵੀ ਕਿਉਂ ਆਪਾਂ ਆਪਣੀ ਤਬਾਹੀ ਤੇ ਉਤਰੇ ਹੋਏ ਆ ਕਿਉਂ ਆਪਾਂ ਆਪ ਆਪਣੇ ਆਪ ਨੂੰ ਮਤਲਬ ਤੁਸੀਂ ਇੱਕ ਸਾਲ ਕਿਸਾਨਾਂ ਨੇ ਇੱਕ ਸਾਲ ਆਪਾਂ ਸੜਕ ਹਾਈਵੇ ਬੰਦ ਕੀਤਾ ਕਿਸੇ ਨੇ ਆ ਕੇ ਇਹ ਗੱਲ ਕਹੀ ਵੀ ਭਾਈ ਹੋਰ ਸਟੇਟ ਦਾ ਕੋਈ ਕਰਕੇ ਦਿਖਾ ਦੇ ਇਹ ਪੰਜਾਬੀ ਸੀ ਬਿਲਾਲ ਕਿਲੇ ਤੇ ਝੰਡਾ ਲਾ ਕੇ ਆਏ ਕਿਸੇ ਨੇ ਇੱਕ ਡੰਡਾ ਵੀ ਮਾਰਿਆ ਕਿੱਥੋਂ ਆਪਾਂ ਨੂੰ ਅਹਿਸਾਸ ਹੋ ਗਿਆ ਤੁਸੀਂ ਇਹ ਜਸਟੀਫਾਈ ਕਰ ਰਹੇ ਹੋ ਨੂੰ ਤੁਸੀਂ ਤੁਸੀਂ ਉਦੋਂ ਵਿਰੋਧ ਚ ਬੋਲਦੇ ਰਹੇ ਹੋ ਕਿ ਲਾਲ ਕਿਲੇ ਤੇ ਝੰਡਾ ਚੁਲਾਤਾ ਜਿੰਨਾ ਮੈਂ ਕਹਿ ਰਿਆਂ ਵੀ ਦੀਪ ਸਿੱਧੂ ਦੇ ਵਿਰੋਧ ਚ ਬੋਲਦੇ ਰਹੇ ਤੁਸੀਂ ਮੈਂ ਤੱਜ ਵੀ ਬੋਲਦਾ ਪਰ ਮੈਨੂੰ ਤੁਸੀਂ ਇਹ ਦੱਸੋ ਵੀ ਸਾਡਾ ਪੰਜਾਬ ਹੀ ਬੈਠਾ ਸੀ ਨਾ ਸਾਰੇ ਦੇਸ਼ ਦੀਆਂ ਸੜਕਾਂ ਬੰਦ ਕੀਤੀਆਂ ਸੀ ਨਾ ਤੁਹਾਡੀ ਪੋਲਿਟਿਕਸ ਆਫ ਡਿਵੈਲਪਮੈਂਟ ਕਿੱਥੇ ਐ ਹਰ ਵਾਰ ਮੈਂ ਸ਼ੁਰੂ ਜਿੱਥੋਂ ਕੀਤਾ ਸੀ ਗੱਲ ਬਹੁਤ ਲੰਮੀ ਇਸ ਇਸ਼ੂ ਤੇ ਚੱਲੇਗੀ ਕਿ ਰਵਨੀਤ ਸਿੰਘ ਬਿੱਟੂ ਅਕਸਰ ਪੰਥਕ ਇਸ਼ੂਸ ਚ ਆ ਕੇ ਇੰਟਰਵਿਨ ਕਰਦੇ ਐ ਰਵਨੀਤ ਬਿੱਟੂ ਇਹ ਕਿਉਂ ਨਹੀਂ ਦੱਸਦੇ ਕਿ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਤੇ ਇੰਨਾ ਰੁਪਿਆ ਲਿਆ ਜਾ ਰਿਹਾ ਸੜਕ ਕੰਪਲੀਟ ਨਹੀਂ ਰਵਨੀਤ ਬਿੱਟੂ ਸਾਹਿਬ ਕਿਉਂ ਨਹੀਂ ਦਿੰਦੇ ਕਿ ਪਿਛਲੇ ਸਾਢੇ 3 ਸਾਲ 3 ਸਾਲਾਂ ਚ ਲੁਧਿਆਣੇ ਦੀ ਨਵੀਂ ਡਿਵੈਲਪਮੈਂਟ ਉਹਨਾਂ ਨੇ ਕੀ ਕੀਤੀ ਐ ਹਾਲਾਤ ਕਾਂਗਰਸ ਪਾਰਟੀ ਦੇ ਜੋ ਬਣਾਏ ਰਵਨੀਤ ਸਿੰਘ ਮਿੱਟੂ ਉਹਦਾ ਜ਼ਿਕਰ ਕਿਉਂ ਨਹੀਂ ਕਰਦੇ ਮੈਂ ਹੁਣੀ ਸਾਰਾ ਕੁਝ ਦਿਖਾਉਣਾ ਤੁਹਾਨੂੰ 스마트 ਸਿਟੀ ਦੇ ਦਿਖਾਉਣਾ ਵੀ ਕੀ ਕੁਝ ਪ੍ਰੋਜੈਕਟ ਚੱਲੇ ਆ ਤੇ ਦਿਸ਼ਾ ਜਿਸੀਂ ਕੀ ਕਰਦੇ ਕੱਲ ਹੀ ਸਾਹਿਬ ਮੈਂ ਕਈ ਮੀਡੀਆ ਨੂੰ ਦੇਖਿਆ ਤੁਹਾਨੂੰ ਵੀ ਦਿਖਾਉਣਾ ਇਹ ਚਰਚਾਵਾਂ ਨੇ ਕਿ 스마트 ਸਿਟੀ ਦੇ ਵਿੱਚ ਘਪਲੇ ਹੋਏ 스마트 ਸਿਟੀ ਚ ਬਹੁਤ ਕੁਝ ਕੰਸਟਰਕਸ਼ਨ ਹੋਈ ਤੁਸੀਂ ਹੁਣ ਤੁਸੀਂ ਰੁਕੋ ਤਾਂ ਸਹੀ ਨਾ ਹੁਣ ਇੱਕ ਗੱਲ ਤੇ ਆਪਾਂ ਚਲੋ ਉਹ ਪਹਿਲਾਂ ਤੁਸੀਂ ਉਹ ਉਹ ਕੰਪਲੀਟ ਕਰ ਲਈਏ ਜਦੋਂ ਮੈਂ ਹਿਸਾਬ ਦਿੰਨਾ ਤੁਹਾਨੂੰ ਜਿਹੜਾ ਤੁਸੀਂ ਕਹਿ ਰਹੇ ਹੋ ਧਾਰਮਿਕ ਇਸ਼ੂ ਮੈਂ ਕਦੇ ਧਾਰਮਿਕ ਇਸ਼ੂ ਚ ਟੱਚ ਨਹੀਂ ਕਰਦਾ ਧਾਰਮਿਕ ਇਸ਼ੂ ਕਿਹੜੇ ਹੁੰਦੇ ਆ ਇਹ ਧਾਰਮਿਕ ਇਸ਼ੂ ਨੇ ਜਿਹੜੇ ਪਿਸਤੌਲ ਪਾਉਣਾ ਹੈ ਵੀ ਗਰਦਨਾ ਵੱਢ ਦੋ ਤੇ ਇੱਕ ਇਹ ਆਪਣਾ ਸਟੇਟ ਬਣਾ ਲਓ ਖਾਲਸਾ ਨੇ ਇਹ ਧਾਰਮਿਕ ਇਸ਼ੂ ਆ ਧਾਰਮਿਕ ਇਸ਼ੂ ਅਲੱਗ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਹੋਈ ਉਹਦੇ ਉੱਤੇ ਪੈਰਾ ਦੇਣਾ ਉਸਦੇ ਉਸਦੇ ਹੱਕ ਚ ਖੜਨਾ ਉਹ ਸਾਡਾ ਸਭ ਦਾ ਕੰਮ ਆ ਜੇ ਉਹ ਚ ਕੋਈ ਕਤਾਈ ਕਰਦਾ ਤਾਂ ਮੈਂ ਸਮਝਦਾ ਉਹ ਸਿੱਖ ਨਹੀਂਗਾ ਸਮਾਰਟ ਸਿਟੀ ਹੈ ਲੁਧਿਆਣਾ ਤੁਸੀਂ ਇਸ ਡਵੈਲਪਮੈਂਟ ਤੇ ਗੱਲ ਕਰੋ ਮੰਨਦੇ ਹੋ ਤੁਸੀਂ ਆਪਦੇ ਮੂੰਹੋਂ ਕਹਿੰਦੇ ਹੋ ਕਿ ਸਮਾਰਟ ਸਿਟੀ ਹੈ ਸਮਾਰਟ ਸਿਟੀ ਤਾਂ ਕੋਈ ਬਣੀ ਨਹੀਂ ਨੀ ਸਕਿਆ ਹਜੇ ਤੱਕ ਫਿਰ ਇਹਦੀ ਜ਼ਿੰਮੇਵਾਰੀ ਕੀ ਦੀ ਹੈ ਇਹ ਤਾਂ ਸਮਾਰਟ ਸਿਟੀ ਨਾ ਇੱਕ ਪ੍ਰੋਜੈਕਟ ਦਿੱਤਾ ਸੀ ਭਾਜਪੀ ਨੇ ਜਿੱਚ 20 ਸੂਬੇ ਦੇ ਵਿੱਚ ਸਾਨੂੰ ਇੱਕ ਪੰਜਾਬ ਮਿਲ ਗਿਆ ਮਿਲ ਗਿਆ ਸੀ ਤੇ ਪੰਜਾਬ ਦੇ ਕੋਲ ਪੰਜੀ ਹੂ ਹੈ ਨਹੀਂ ਸੀ ਦੇਣ ਨੂੰ ਸਮਾਰਟ ਸਿਟੀ ਸਾਨੂੰ ਇਹਦੇ ਵਿੱਚ ਹਜ਼ਾਰਾਂ ਕਰੋੜ ਮਿਲ ਗਿਆ 600 ਕਰੋੜ ਬੁੱਢੇ ਨਾਲੇ ਨੂੰ ਮਿਲ ਗਿਆ ਜਿਹਨਾਂ ਦਰਿਆ ਬਣਾਉਣਾ ਨਹੀਂ ਸਾਡੇ ਕੋਲ ਤਾਂ 500 ਰੁਪਈਆ ਨਹੀਂ ਸੀ ਦੇਣ ਨੂੰ ਤੇ ਉਸ ਕਰਕੇ ਜਿਹੜੇ ਆ ਬੜੇ ਬੜੇ ਪ੍ਰੋਜੈਕਟ ਬਣ ਰਹੇ ਨੇ ਨੈਸ਼ਨਲ ਹਾਈਵੇ ਦੇ ਇਹ ਚ ਅਸੀਂ ਉਹਨੂੰ ਪ੍ਰੋਜੈਕਟ ਦੇ ਦਿੱਤੇ ਆ ਜਿਹੜੇ ਸਾਰੇ ਜਿੰਨੇ ਅੱਜ ਤੱਕ ਕ੍ਰਾਈਮ ਕਿਵੇਂ ਹੋ ਰਿਹਾ ਜਿੰਨੇ ਅਸੀਂ ਅ ਸਮਾਰਟ ਕੈਮਰੇ ਲਾਏ ਹੋਏ ਨੇ ਸਾਰੇ ਚ ਇਹ ਪੰਜਾਬ ਸਰਕਾਰ ਕੋਲ ਪੈਸਾ ਨਹੀਂ ਸੀ ਸਾਰੇ ਪੈਸੇ ਅਸੀਂ ਉਹਦੇ ਵਿੱਚੋਂ ਲਾਏ ਤੇ ਇਸ ਕਰਕੇ ਬਹੁਤ ਵੱਡੇ ਜਿਹੜੇ ਕੰਮ ਨੇ ਹੋਏ ਨੇ ਤੇ ਉਹ ਮੈਂ ਤੁਹਾਨੂੰ ਗਿਣਾ ਦਿੰਦਾ ਉਹਦੀ ਦਿਸ਼ਾ ਦੀ ਵੀ ਲਿਆਓ ਦਿਸ਼ਾ ਮੈਂ ਕਿਹੜਾ ਦਿਸ਼ਾ ਹੁਣ ਟੋਟਲ ਤੁਸੀਂ ਗੱਲ ਸ਼ੁਰੂ ਕੀਤੀ ਇਹ ਕੱਲਾ ਮੈਂਬਰ ਪਾਰਲੀਮੈਂਟ ਦੀ ਇਹਦੇ ਚ ਸ਼ਮੂਲੀਅਤ ਹੁੰਦੀ ਆ ਹੋਰ ਸੈਂਟਰਲ ਸਰਕਾਰ ਤੋਂ ਵੀ ਕੀ ਕੀ ਪ੍ਰੋਜੈਕਟ ਪਹਿਲਾਂ ਤਾਂ ਅਸੀਂ ਲੋਕਾਂ ਨੂੰ ਮੋਟੀਵੇਟ ਕਰਕੇ ਹੂੰ ਇਹ ਕਈ ਵਾਰ ਭੁੱਲ ਜਾਂਦੇ ਆ ਗੱਲਾਂ ਇਹ ਜਦੋਂ ਸਕੀਮ ਸ਼ੁਰੂ ਹੋਈ ਸਾਰੇ ਦੇਸ਼ ਚ ਪਹਿਲੇ 20 ਸ਼ਹਿਰ ਮਿਲਨੇ ਸੀ ਬੜੇ ਵੱਡੇ ਸਭ ਤੋਂ ਸ਼ਹਿਰ ਸੀਗੇ ਪਰ ਮੋਟੀਵੇਟ ਕੀਤਾ ਔਰੇ ਘਰ ਘਰ ਜਾ ਕੇ ਪੈਂਪਲੈਟ ਮੰਡੇ ਕਰ ਕਰ ਮੀਡੀਆ ਚ ਗੱਲ ਪਚਾਈ ਜਾ ਕੇ ਵੀ VOTING ਕਰੋ ਲੋਕਾਂ ਨੇ ਵੋਟ ਪਾਈ ਵੋਟ ਪਾਉਣ ਚ ਸਾਨੂੰ ਪਹਿਲੇ ਵੀ ਇਹ ਜਿਹੜੇ ਆਪਣੇ ਵਾਈਸ ਪ੍ਰੈਜ਼ੀਡੈਂਟ ਹੁਣ ਰਿਟਾਇਰਡ ਹੋ ਗਏ ਹਾਂ ਮੈਂ ਤੁਹਾਨੂੰ ਸਾਰੀ ਨਹੀਂ ਵੈਂਕਰਟ ਜਿਹੜੇ ਉਦੋਂ ਪਹਿਲਾਂ ਉਹ ਇਹਦੇ ਮਿਨਿਸਟਰ ਸੀਗੇ ਅਰਬਨ ਡਿਵੈਲਪਮੈਂਟ ਦੇ ਉਦੋਂ ਬਾਅਦ ਹੁਣ ਤਾਂ ਪੂਰੀ ਹਸਾਬ ਨੇ ਵਾਈਸ ਪ੍ਰੈਜ਼ੀਡੈਂਟ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਤੇ ਇਹ ਅੱਜ ਸੁਣ ਲਿਓ ਕੰਪਲੀਟ ਪ੍ਰੋਜੈਕਟ ਹੋ ਗਏ ਐ ਚ 3794 ਕਰੋੜ ਦੇ ਚਲੋ ਜਿਹੜੇ ਕੰਮ ਚੱਲ ਰਿਹਾ ਟੋਟਲ ਕਿੰਨਾ ਪੈਸਾ ਜੀ 70 ਪ੍ਰੋਜੈਕਟ ਬਣਾਏ ਸੀ ਇਹ 930 ਕਰੋੜ ਹੂੰ 930 ਕਰੋੜ ਰੁਪਈਆ ਮੈਂ ਆਪਣੇ ਮਿਹਨਤ ਨਾਲ ਹਿੰਮਤ ਨਾਲ ਇਸ ਬੈਂਕ ਐਨ ਆਈ ਡੀ ਸਾਹਿਬ ਤੋਂ ਲੈ ਆਇਆ ਬੈਂਕ ਐਨ ਆਈ ਡੀ ਸਾਹਿਬ ਤੋਂ ਇਹ ਲੈ ਕੇ ਆਏ ਤੇ ਪ੍ਰੋਜੈਕਟ ਜਿਹੜੇ ਕੰਪਲੀਟ ਹੋਏ ਆ ਉਹ ਚ ਤੁਹਾਨੂੰ ਉਂਗਲਾਂ ਤੇ ਯਾਦ ਹੋਣੇ ਚਾਹੀਦੇ ਸੀ ਬਿੱਟੂ ਜੀ ਜੇ ਕੰਮ ਹੋਏ ਆ ਤਾਂ ਤੁਹਾਨੂੰ ਕਾਪੀ ਦੀ ਲੋੜ ਪੈਗੀ ਇਹ ਇਹ ਪ੍ਰੋਜੈਕਟ ਇਹ ਉਂਗਲਾਂ ਤੇ ਯਾਦ ਹੋ ਸਕਦੇ ਆ ਗਿਣਤੀ ਗਣਿਓ ਕੋਈ ਵੱਡਾ ਪ੍ਰੋਜੈਕਟ ਇੱਕ ਦੱਸ ਦਿਓ ਨਾ ਤੁਸੀਂ ਨਹੀਂ ਨਾ ਐ ਕਿਵੇਂ ਇੱਕ ਇੱਕ ਗਿਣਾ ਦੋਗੇ ਹੁਣ ਤੁਸੀਂ ਪੁੱਛਿਆ ਤਾਂ ਹੁਣ ਪੁੱਛ ਤਾਂ ਲੋ ਨਾ ਸਾਰਾ ਉਦੋਂ ਪਹਿਲਾਂ ਸਾਰੀ ਜਿਹੜੀ ਲਾਈਟਿੰਗ ਕੀਤੀ ਆ ਕਿਉਂਕਿ LED ਲਾਈਟਿੰਗ ਸ਼ਹਿਰ ਦੇ ਵਿੱਚ ਨਹੀਂ ਸੀ ਟਾਟਾ ਨੂੰ LED ਲਾਈਟਿੰਗ ਦਾ ਪ੍ਰੋਜੈਕਟ ਦਿੱਤਾ ਗਿਆ ਜੀ ਚ ਸਾਰੀ ਲਾਈਟ ਬਦਲ ਕੇ ਅੱਜ ਉਹਨਾਂ ਕੋਲ ਹੀ ਠੇਕਾ ਏ ਉਹਨਾਂ ਕੋਲ ਹੀ ਲਾਈਟਾਂ ਬਦਲਦਾ LED ਲਾਈਟ ਕੀਤੀ ਉਦੋਂ ਬਾਅਦ ਸਾਰੇ ਜਿੰਨੀਆਂ ਵੀ ਬਿਲਡਿੰਗਸ ਨੇ ਕਿਉਂਕਿ ਅੱਜ ਜ਼ਮਾਨਾ ਏ ਜਿਹੜਾ ਉਹ ਬਿਜਲੀ ਕਿਵੇਂ ਬਚਾਉਣੀ ਆ ਅੱਜ ਕਿਉਂਕਿ ਪੋਲਿਊਸ਼ਨ ਬਹੁਤ ਆ ਉਹਨੂੰ ਬਚਾਉਣ ਲਈ ਸੋਲਰ ਜਾ ਕੇ ਦੇਖਿਓ ਵੀ ਜਿਹੜੇ ਕਾਲਜ ਸਰਕਾਰੀ ਕਾਲਜ ਨੇ ਸਕੂਲ ਨੇ ਉਹਨਾਂ ਉੱਤੇ ਸਾਰੇ ਸੋਲਰ ਪੈਨਲ ਲਾਏ ਕਿੰਨਾ ਪਿਆ ਇੱਕ ਮਿੰਟ ਇੱਕ ਮਿੰਟ ਇਹ ਅਮਾਉਂਟ ਦੱਸੋ ਵੀ ਫਰਕ ਕਿੰਨ੍ਹੀ ਬਿਜਲੀ ਬਚੀ ਕਿੰਨੀ ਸੁਣਤਾ ਲਿਆ ਕਰੋ ਨਾ ਗੱਲ ਸਾਰੇ ਕਾਲਜ ਜਿੰਨੇ ਵੀ ਗਵਰਨਮੈਂਟ ਕਾਲਜ ਫਾਰ ਗਰਲਸ ਗਵਰਨਮੈਂਟ ਕਾਲਜ ਫਾਰ ਬॉयਜ਼ ਟੋਟਲ ਫ੍ਰੀ ਹੋ ਗਏ ਉਹਨਾਂ ਨੂੰ ਕੋਈ ਬਿੱਲ ਨਹੀਂ ਦੇਣਾ ਪੈ ਰਿਹਾ ਜਿੰਨਾ ਉਹਨਾਂ ਦਾ ਬਿਜਲੀ ਦਾ ਬਿੱਲਾ ਉਹ ਟੋਟਲ ਸੋਲਰ ਕੱਢ ਕੇ ਜਿਹੜਾ ਉਹਨਾਂ ਦੇ ਬੜੇ ਟੋਟਲ ਬਿੱਲ ਨੇ ਫ੍ਰੀ ਹੋ ਗਏ ਇਹ ਇਹ ਕੰਮ ਨਹੀਂ ਉਦੋਂ ਬਾਅਦ ਸੁਣ ਲੋ ਜਿਹੜਾ ਡਿਵੈਲਪਮੈਂਟ ਆਫ ਕਲਾਸਰੂਮ ਚ ਇਹਦੇ ਤਕਰੀਬਨ ਅਸੀਂ ਸਮਾਰਟ ਬਣਾਉਣ ਨੂੰ 6.5 ਕਰੋੜ ਰੁਪਈਆ ਇਹਦੇ ਵੱਜ ਦਿੱਤਾ ਉਦੋਂ ਬਾਅਦ ਅੱਗੇ ਕੰਸਟਰਕਸ਼ਨ ਆਫ ਕੰਬਾਈਨਡ ਬਿਲਡਿੰਗ ਆਈ ਟ੍ਰਿਪਲ ਸੀ ਇਹ ਇੱਕ ਸੈਂਟਰ ਬਣਾਤਾ ਜਿਹਦੇ ਵਿੱਚ ਟੋਟਲ ਜਿਹੜੇ ਕਮਰੇ 1500 ਤੋਂ ਉੱਤੇ ਕਮਰੇ ਲੱਗੇ ਆ 900 ਅਸੀਂ ਕੈਮਰਾ ਹੁਣ ਹੋਰ ਲਾ ਰਹੇ ਆ ਕਿਤੇ ਵੀ ਕੋਈ ਵੀ ਗੱਡੀ ਜਾਂਦੀ ਆ ਥੋੜਾ ਨੰਬਰ ਆ ਕੋਈ ਕ੍ਰਾਈਮ ਕਰਕੇ ਗੱਡੀ ਭੱਜੀ ਆ ਇਹ ਜਿਹੜਾ ਉਹ ਸੈਂਟਰ ਆ ਉਹਦੇ ਵਿੱਚ ਉਹ ਗੱਡੀ ਦਾ ਨੰਬਰ ਪਾਉਣਾ ਏ ਇਹ ਗੱਡੀ ਪਤਾ ਲੱਗ ਜਾਏਗੀ ਐਸ ਵੇਲੇ ਜੇ ਲੁਧਿਆਣੇ ਚ ਤਾਂ ਕਿਹੜੇ ਸੜਕ ਤੇ ਇਹ ਗੱਡੀ ਜਾ ਰਹੀ ਆ ਉਹਨੂੰ ਟਰੈਕ ਕੀਤਾ ਜਾ ਸਕਦਾ ਹੁਣ ਅਸੀਂ ਨਵਾਂ ਸਿਸਟਮ ਉਹ ਚ ਇਹ ਵੀ ਪਾ ਰਹੇ ਆ ਕਿ ਕਦੋਂ ਤੋਂ ਚਾਲੂ ਹੈ ਇਹ ਤਾਂ ਤਕਰੀਬਨ ਸਾਲ ਹੋ ਗਿਆ ਕਿੰਨੀਆਂ ਗੱਡੀਆਂ ਫੜੀਆਂ ਗਈਆਂ ਹੋਣੀਆਂ ਕਦੇ ਤੁਸੀਂ ਟਰੈਕ ਲੈਂਦੇ ਹੋ ਉਹ ਇੱਕ ਦੀ ਗੱਡੀ ਫੜੀ ਵੀ ਕਿਸੇ ਨੇ ਕਿ ਨਹੀਂ ਮੈਂ ਸਿਰਫ ਇਹ ਕਹਿਨ ਨੂੰ ਆ ਕਿ ਕੰਮ ਗਿਣਾ ਰਹੇ ਆ ਇਹ ਮੇਰਾ ਕੰਮ ਨਹੀਂ ਹੈ ਤਾਂ ਟ੍ਰੈਫਿਕ ਪੁਲਿਸ ਵਾਲਿਆਂ ਦਾ ਕੰਮ ਆ ਜਾਂ ਪੁਲਿਸ ਦਾ ਕੰਮ ਆ ਅਸੀਂ ਉਹਦੇ ਵਿੱਚ ਫੋਨ ਤਾਂ ਕਰ ਸਕਦੇ ਹਾਂ ਸੀਐਮਪੀ ਸਾਹਿਬ ਨੂੰ ਪੁੱਛੋ ਵੀ ਮੈਨੂੰ ਦੱਸੋ ਮੇਰਾ ਦੱਸਣਾ ਵੀ ਤੁਹਾਨੂੰ ਬਹੁਤ ਜ਼ਰੂਰੀ ਆ ਕਿੰਨੀਆਂ ਗੱਡੀਆਂ ਫੜੀਆਂ ਗਈਆਂ ਨੇ ਸਿਰਫ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਕੰਮ ਚੱਲਦੇ ਆ ਉਹਦੇ ਵਿੱਚ ਕੈਮਰੇ ਅਸੀਂ ਪਰミਸ਼ਨ ਦਿੱਤੀ ਹੈ ਕਾਰਪੋਰੇਸ਼ਨ ਨੂੰ ਜਿੱਥੇ ਉਹਨਾਂ ਦੇ ਬਾਕੀ ਤੁਸੀਂ ਕੋਈ ਵੀ ਸਿਵਲ ਦਾ ਬੰਦਾ ਇਨਕਲੂਡਿੰਗ ਮੀ ਕੋਈ ਵੀ ਉਹ ਚ ਇੰਟਰਫੇਅਰ ਨਹੀਂ ਕਰ ਸਕਦਾ ਕਿਉਂਕਿ ਉਹ ਗੁਪਤ ਗੱਲਾਂ ਨੇ ਉਹ ਟੋਟਲ ਪੁਲਿਸ ਲਾਈਨ ਆ ਜਿਹੜੀ ਉਹਨਾਂ ਦੇ ਕੰਟਰੋਲ ਚ ਆ ਉਹ ਕੈਮਰੇ ਦੇਖ ਸਕਦੇ ਆ ਉਹਨਾਂ ਕੋਲ ਉਦੋਂ ਬਾਅਦ ਇਹ ਵੀ ਜੇ ਕੋਈ ਅਜ ਕ੍ਰਿਮੀਨਲ ਆ ਜਿਹੜੀ ਨਵੀਂ ਚੀਜ਼ ਅਸੀਂ ਲੈ ਕੇ ਆ ਰਹੇ ਆ ਕਿਉਂਕਿ ਅੱਜ ਗੈਂਗਸਟਰ ਬਹੁਤ ਫਿਰਦੇ ਰਹਿੰਦੇ ਆ ਉਹਨਾਂ ਤੇ ਜੀਤੇ ਵੀ ਕੋਈ ਐਫਆਈ ਹੈ ਉਹਦਾ ਉਹਦਾ ਫੇਸ ਜਿਹੜਾ ਪਤਾ ਲੱਗ ਜਾਊਗਾ ਵੀ ਜੇ ਉਹ ਕਿਸੇ ਗੱਡੀ ਚ ਉਹਦਾ ਪਾਉਣਗੇ ਵੀ ਇਹ ਫਲਾਨਾ ਕ੍ਰਿਮੀਨਲ ਆ ਇਹਦੇ ਬਾਰੇ ਉਹ ਅਲਰਟ ਆ ਜਾਊਗਾ ਵੀ ਆਹ ਨੰਬਰ ਗੱਡੀ ਚ ਜੇ ਉਹ ਕੈਮਰੇ ਚ ਉਹਦਾ ਮੂੰਹ ਆ ਗਿਆ ਵੀ ਆਹ ਸੜਕ ਤੇ ਇਸ ਵੇਲੇ ਆਹ ਬੰਦਾ ਕ੍ਰਿਮੀਨਲ ਆ ਜਿਹੜਾ ਆਹ ਗੱਡੀ ਚ ਫਿਰ ਰਿਹਾ ਇਹਦੋਂ ਬੜੀ ਗੱਲ ਇਹ ਲੁਧਿਆਣੇ ਚ ਜਿਹੜੀ ਆ ਪਹਿਲਾਂ ਸ਼ੁਰੂ ਹੋਊਗੀ ਹੋਰ ਉਦੋਂ ਬਾਅਦ ਜੇ ਮੈਂ ਤੁਹਾਨੂੰ ਦੱਸਾਂ ਵੱਡੇ ਵੱਡੇ ਪ੍ਰੋਜੈਕਟਾਂ ਦੀ ਜੇ ਮੈਂ ਗੱਲ ਕਰਾਂ ਅਸੀਂ ਹਾਂ ਆਮ ਅੱਜ ਉਹਨੂੰ ਕੰਟਰੋਲ ਐ ਐਮਸੀਓ ਘੱਟ ਕਰ ਰਹੀ ਆ ਵੀ ਜਿਹੜੇ ਵੀ ਆਲੇ-ਦਾਲੇ ਬਾਹਰ ਨੇ ਹਰ ਜਗ੍ਹਾ ਕੋਈ ਮੁਰਗੀ ਦਾ ਉਹ ਛਟਕਰਿਆ ਕੋਈ ਬੱਕਰਾ ਛਟਕਰਿਆ ਇੱਥੇ ਲੁਧਿਆਣੇ ਚ ਹੂੰ ਠੀਕ ਆ ਉਹ ਲੋਕ ਸਾਡੇ ਗਰੀਬ ਨੇ ਲੋਕ ਨੇ ਜਿਹੜੇ ਉਹ ਕਰਦੇ ਰਹਿੰਦੇ ਆ ਕੰਮ ਕਈ ਵਾਰ ਪਰ ਉਹਨਾਂ ਨੂੰ ਰੋਕਣ ਲਈ ਇੱਥੇ ਖਾਸ ਤੌਰ ਤੇ ਇੱਕ ਬਹੁਤ ਵੱਡਾ ਜਿੱਥੇ ਮੋਰ ਲੱਗ ਕੇ ਕੋਈ ਵੀ ਮੀਟ ਹੋਵੇ ਕੋਈ ਵੀ ਬੱਕਰਾ ਕੋਈ ਵੀ ਜਿਹੜੇ ਖਾਂਦੇ ਆ ਵਿਆਹ ਚ ਜਾਏ ਪਹਿਲਾਂ ਉੱਥੇ ਉਹਦੀ ਕਟਿੰਗ ਹੋਏਗੀ ਉੱਥੇ ਉਹਦੀ ਮੋਹਰ ਲੱਗੇ ਕੋਈ ਵੀ ਸੜਕ ਤੇ ਜਿਹੜਾ ਉਹ ਵੇਚ ਨਹੀਂ ਸਕਦਾ ਮੇਰਾ ਕੰਮ ਤਾਂ ਇਹ ਚੀਜ਼ਾਂ ਨੂੰ ਪ੍ਰੋਜੈਕਟ ਲਿਆ ਕੇ ਪੈਸਾ ਦੇਣਾ ਨਾ ਹੁਣ ਥੱਲੇ ਕੀ ਜਿਹੜਾ ਮਹਿਕਮਾ ਕਰਦਾ ਕੰਮ ਹੋਇਆ ਕਿ ਨਹੀਂ ਹੋਇਆ ਇਹ ਵੀ ਦੇਖਣਾ ਤੁਹਾਡਾ ਕੰਮ ਹੈ ਨਾ ਜੀ ਤੁਸੀਂ ਚੈੱਕ ਕਰੋ ਜਾ ਕੇ ਹੁਣ ਤੁਸੀਂ ਪੈਸਾ ਦੇਤਾ ਕੰਮ ਨਹੀਂ ਹੋਇਆ ਤੇ ਤੁਸੀਂ ਅਸੀਂ ਤਾਂ ਐਮਪੀ ਸਾਹਿਬ ਨੂੰ ਫੜਾਂਗੇ ਆ ਕੇ ਅਸੀਂ ਹੋਰ ਕੀ ਦੀ ਮਾਨੋਮਾਸੀ ਆਖਾਂਗੇ ਏਦੋਂ ਬਾਅਦ ਆਪਾਂ ਕੈਮਰਾ ਲੈ ਕੇ ਪ੍ਰੋਜੈਕਟਾਂ ਤੇ ਚੱਲਦੇ ਆ ਇਸ ਤੇ ਸਾਰਾ ਦਿਨ ਲਾ ਲੈਨੇ ਓਦੋਂ ਬਾਅਦ ਸੁਣ ਲੋ ਬੜਾ ਵੱਡਾ ਇੱਕ ਜਿਹੜਾ ਡੌਗ ਬਾਈਟ ਦਾ ਕੰਮ ਆ ਉਹ ਅੱਜ ਤੋਂ ਕੁਝ ਸਾਲ ਪਹਿਲਾਂ ਬੜਾ ਰੌਲਾ ਸੀ ਲੁਧਿਆਣੇ ਦੇ ਵਿੱਚ ਉਹਦੇ ਲਈ ਅਸੀਂ ਤਕਰੀਬਨ ਜਿਹੜਾ ਏ 1 ਕਰੋੜ ਰੁਪਇਆ ਉਹਨਾਂ ਲਈ ਖਰਚਿਆ ਵੀ ਜੇ ਕਿਤੇ ਬਿਲਕੁਲ ਹੀ ਕੋਈ ਵਾਰ ਆਏ ਕਿਉਂਕਿ ਹਾਈ ਕੋਰਟ ਦੇ ਰੂਲ ਬੜੇ ਸਖਤ ਨੇ ਇੱਕ ਤਾਂ ਤੁਸੀਂ ਉਹਦੀ ਉਹਨੂੰ ਜੇ ਲੈ ਕੇ ਜਾਣੇ ਹੋ ਦੁਬਾਰਾ ਉਸੇ ਜਗ੍ਹਾ ਤੇ ਛੱਡਣਾ ਉਹਨੂੰ ਜਗ੍ਹਾ ਨਹੀਂ ਬਦਲ ਸਕਦੇ ਉਹ ਚ ਸਾਡਾ ਆ ਇਸ ਸਾਲ ਮਾਰਚ ਤੱਕ ਟੋਟਲ ਸਾਰੇ ਜਿਹੜੇ ਡੌਗਸ ਨੇ ਬਾਹਰ ਉਹਨਾਂ ਤੇ ਉਹਦਾਂ ਦੇ ਇੰਜੈਕਸ਼ਨ ਲੱਗ ਜਾਣਗੇ ਅੱਗੇ ਉਹਨਾਂ ਦੀ ਜਿਹੜੀ ਆ ਉਹ ਜਿਹੜੀ ਬਰ ਜਿਹੜਾ ਰੇਟ ਆ ਉਹ ਬਹੁਤ ਕਾਬੂ ਹੋਏਗਾ ਸਾਡੇ ਲੁਧਿਆਣੇ ਚ ਇਹ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਆ ਦੂਜਾ ਅਸੀਂ ਦੇਖੋ ਇਹ ਜਿਹੜਾ ਪਾਣੀ ਵਾਲਾ ਪ੍ਰੋਜੈਕਟ ਆ ਪ੍ਰੈਸਾਈਜ਼ਲੀ ਬਿੱਟੂ ਜੀ ਦੱਸੋ 2 4 ਤੁਸੀਂ ਤਾਂ ਤੁਸੀਂ ਸਪੀਚ ਦੇਣ ਲੱਗੇ ਨਹੀਂ ਥੱਕ ਨਹੀਂ ਗਏ ਪਰ ਇਹ ਸਪੀਚ ਥੋੜੀ ਹੈ ਤਾਂ ਇੰਟਰਵਿਊ ਕਰ ਰਹੇ ਆ ਅਸੀਂ ਤੁਹਾਡੀ ਚਲੋ ਫਿਰ ਮੈਂ ਤੁਹਾਨੂੰ ਤੁਸੀਂ ਮੋਟੀਆਂ ਚਾਰ ਗੱਲਾਂ ਦੱਸੋ ਨਾ ਮੈਂ ਤੁਹਾਨੂੰ ਲੱਡੋਵਾਲ ਦੀ ਗੱਲ ਕੀਤੀ ਤੁਸੀਂ ਉੱਥੇ ਨਹੀਂ ਆਏ ਉਹ ਇਹ ਪੁਲ ਨਹੀਂ ਬਣਿਆ ਉਹ ਪੁਲ ਤੇ ਡੇਢ ਡੇਢ ਘੰਟਾ ਖੜਨਾ ਪੈਂਦਾ ਥੋਡੇ ਕੋਲੇ ਗੱਡੀਆਂ ਦੂਜੀਆਂ ਸਾਇਰਨ ਵੱਜਦੇ ਆ ਅਸੀਂ ਖੜੇ ਰਹਿੰਦੇ ਆ ਉੱਥੇ ਮੈਂ ਮੰਨ ਗਿਆ ਮੈਂ ਮੰਨ ਗਿਆ ਮੇਰੇ ਕੋਲ ਗੱਡੀਆਂ ਸਾਇਰਨ ਵਾਲੀਆਂ ਪਰ ਉਹ ਚ ਵੀ ਸੁਣ ਲਓ ਹੁਣ ਡਿਟੇਲ ਗੱਲ ਉਹਦਾ ਜਿਹੜੇ ਪੁਲ ਸੀਗੇ ਮੈਂ ਦੇਸ਼ਾ ਦੀ ਮੀਟਿੰਗ ਪਿਛਲੇ ਹਫਤੇ ਕੀਤੀ ਤੇ ਉਹ ठेकेदार ਉਥੇ ਤੇ ਜਿਹੜੇ ਨੈਸ਼ਨਲ ਹਾਈਵੇਲੇ ਪੀਡੀ ਸਾਰੇ ਪਹੁੰਚ ਗਏ ਅਸੀਂ 6 ਮਹੀਨੇ ਪਹਿਲਾਂ ਗਟਕਰੀਜ ਨੂੰ ਇਹ ਮਿਲੇ ਸੀ ਵੀ ਜਿਹੜਾ ਸਭ ਤੋਂ ਵੱਡਾ ਇਹ ਜਿਹੜਾ ਟੋਲ ਲਾਡੋ ਵਾਲਾ ਤੇ ਇਹ ਪਾਣੀਪਤ ਤੋਂ ਲੈ ਕੇ ਅਮਰਸਰ ਤੱਕ ਇਹ ਠੇਕੇਦਾਰ ਦੇ ਕੋਲ ਕੰਮ ਸੀ ਜਿਹੜਾ ਕਿ ਉਹ ਡਿਫਾਲਟ ਕਰ ਗਿਆ ਮਤਲਬ ਕਿਵੇਂ ਵੀ ਬੈਂਕਰਪਟ ਹੋ ਗਿਆ ਉਹ ਭੱਜ ਗਿਆ ਹੂੰ ਜੋਰ ਪਾ ਕੇ 540 ਕਰੋੜ ਗਟਕਰੀਜ ਤੋਂ ਅਲੱਗ ਵੀ ਉਹ ਤਾਂ ਭੱਜ ਗਿਆ ਹੁਣ ਸਾਡਾ ਇਹ ਚ ਕੀ ਕਸੂਰ ਆ ਜੀ 540 ਕਰੋੜ ਰੁਪਈਆ ਅਲੱਗ ਸੈਂਕਸ਼ਨ ਕਰਕੇ ਅਲੱਗ ਠੇਕੇਦਾਰ ਨੂੰ ਜਿਹੜਾ ਉਹ ਟੈਂਡਰ ਮਿਲਿਆ ਤੇ ਹੁਣ 31 ਮਾਰਚ ਉਹਨਾਂ ਨੇ ਭਰੋਸਾ ਦਿੱਤਾ ਔਨ ਰਿਕਾਰਡ ਮੈਂ ਤੁਹਾਨੂੰ ਵੀਡੀਓ ਵੀ ਤੁਹਾਡੇ ਕੈਮਰੇ ਚ ਚਲਾਉਣ ਨੂੰ ਦੇ ਦੂੰਗਾ 31 ਮਾਰਚ ਤੱਕ ਮੈਂ ਪਰਸੋਂ ਵਿਜ਼ਿਟ ਵੀ ਕਰਕੇ ਆਇਆ ਤਾਜਪੁਰ ਸ਼ੇਰਪੁਰ ਵਾਲੇ ਸਾਰੇ ਆਪਣੇ ਆਪ ਦੇ ਯੂਨਿਕ ਪੁਲ ਬਣ ਰਹੇ ਇੱਕ ਇਹ ਇੱਕ ਵਿੱਚ ਹੋਰ ਗੱਲ ਸੁਣੋ ਇਹ ਜਿਹੜਾ ਏ ਇਹ ਕਿਤੇ ਵੀ ਨਹੀਂ ਸ਼ਹਿਰ ਆ ਜਿਹੜੇ ਉਹ ਬੰਡ ਤੇ ਵਿਚਾਲੇ ਤੁਹਾਨੂੰ ਪਤਾ ਖੰਨਾ ਅਰਜੂਨ ਚਲੇ ਜਾਓ ਮਿੱਟੀ ਨਾਲ ਭਰੇ ਪਏ ਆ ਇਹ ਜਿਹੜਾ ਪੁਲ ਬਣ ਰਿਹਾ ਦੁਗਰੀ ਵਾਲਾ ਜਿਹੜਾ ਜਿਹੜੇ ਉਧਰੋਂ ਸਾਰੀ ਜਿਹੜੀ ਸੜਕ ਆਉਂਦੀ ਆ ਉਹਦੇ ਵਿੱਚ ਤਿੰਨ ਸਪੈਨ ਪਾਏ 90 90 600 ਫੁੱਟ ਦੇ ਤਕਰੀਬਨ 30 30 ਮੀਟਰ ਦੇ ਹੂੰ ਬਈ ਥੱਲਿਓਂ ਰੋਡ ਜਿਹੜੀ ਇਹਨਾਂ ਸ਼ਹਿਰ ਨਾਲੋਂ ਟੁੱਟੇ ਨਾ ਚਾਹੇ ਤਾਜਪੁਰ ਰੋਡ ਆ ਤੁਹਾਨੂੰ ਪਤਾ ਉੱਤੇ ਸੈਂਕੜੇ ਪਿੰਡ ਨੇ ਜਿਹੜੇ ਉਧਰੋਂ ਕਨੈਕਟ ਕਰਦੇ ਆ ਲੁਧਿਆਣੇ ਨੂੰ ਦੁਗਰੀ ਰੋਡ ਦਾ ਵੀ ਇਸ ਤਰੀਕੇ ਨਾਲ ਜਿਹੜਾ ਕਨੈਕਟ ਕਰਦੇ ਆ ਇਹ ਕੱਲਾ ਇਹ ਪੁਲਾ ਜਿਹੜਾ ਕਿ ਤਿੰਨ ਜਿਹਦੇ ਥੱਲੇੋਂ ਕ੍ਰੋਸ ਕਰਨੇ ਆ ਜਿਹਦੇ ਵਿੱਚ 30 30 ਮੀਟਰ ਦੇ ਤਿੰਨ ਸਪੈਨ ਪਾਇਆ ਤੇ 31 ਮਾਰਚ ਤੋਂ ਬਾਅਦ ਇੱਕ ਦਿਨ ਵੀ ਜੇ ਕੰਪਲੀਸ਼ਨ ਨਾ ਹੋਈ ਤਾਂ ਲਾਡੋ ਵਾਲਾ ਟੋਲ ਵਾਲਾ ਜਿਹੜਾ ਉਹ ਮੈਂ ਤੁਹਾਨੂੰ ਨਾਲ ਲਿਜਾ ਕੇ ਉਸ ਤੋਂ ਬਾਅਦ ਉਹ ਬੰਦ ਨਹੀਂ ਹੋਊਗਾ ਉਸ ਤੋਂ ਬਾਅਦ ਉਹ ਟੋਲ ਚੱਕਿਆ ਜਾਊਗਾ ਉਹਨਾਂ ਨੂੰ ਉਹਨਾਂ ਦਾ ਨਾਮ ਉਹ ਨਿਸ਼ਾਨ ਆ ਜਿਹੜਾ ਪਿਛਲੀ ਵਾਰ ਟੈਂਟ ਲਾ ਕੇ ਬਹਿ ਗਏ ਸੀ ਤੁਸੀਂ ਉੱਥੇ ਉਹ ਇੱਕ ਪੁਲਿਸੀ ਉਹਨਾਂ ਨੇ ਉਦੋਂ ਇੱਕ ਪੁਲ ਦਾ ਇਸ਼ੂ ਸੀ ਕਿਉਂਕਿ ਉਹ ਪੂਰਾ ਨਹੀਂ ਹੋ ਰਿਹਾ ਟੈਂਟ ਲਾਉਂਗੇ ਕਿ ਤੁਸੀਂ ਟੋਲ ਚ ਕਾ ਦੇਉਂਗੇ ਨਹੀਂ ਨਹੀਂ ਹੁਣ ਹੁਣ ਟੈਂਟ ਲਾਉਣ ਵਾਲਾ ਕੰਮ ਤਾਂ ਅਸੀਂ ਆਪਣੇ ਆਪ ਨੂੰ ਕਿਉਂ ਤੱਕ ਦੀ ਮਾਰਚ ਤੱਕ ਦਾ ਤੁਸੀਂ ਔਨ ਰਿਕਾਰਡ ਕਹਿ ਰਹੇ ਹੋ ਅਸੀਂ ਆਪਣੇ 1 ਅਪ੍ਰੈਲ ਨੂੰ ਅਸੀਂ ਔਨ ਇਅਰ ਦੀ ਟੀਮ ਉੱਥੇ ਬੈਠੇ ਹੋਵਾਂਗੇ ਜੇ ਕੰਪਲੀਸ਼ਨ ਨਾ ਹੋਈ ਤੇ ਕੀ ਰਵਨੀਤ ਸਿੰਘ ਬਿੱਟੂ ਬੰਦ ਕਰਾਉਣਗੇ ਉਹ ਤੁਹਾਨੂੰ ਪਤਾ ਮੈਂ ਤਾਂ ਕਦੇ ਪਿੱਛੇ ਹਟਿਆ ਨਹੀਂ ਨਹੀਂ ਹਾਂ ਜਾਂ ਆਨੰਦ ਸੋ ਬੰਦ ਕਰਾਉਂਗੇ ਇੱਕ ਓ ਐ ਇੱਕ ਲੁਧਿਆਣੇ ਦਾ ਇੱਕ ਸਾਲ ਜਦੋਂ ਕਿਸਾਨਾਂ ਨਾਲ ਕਿਹਾ ਸੀ ਵੀ ਜਿੰਨਾ ਚਿਰ ਉਹ ਬੈਠਿਆ ਅਸੀਂ ਮੈਂ ਫੁੱਟਪਾਥ ਤੇ ਬੈਠਾਂ ਬੈਠਾ ਸੀ ਕਿ ਨਹੀਂ ਬੈਠਾ ਇੱਕ ਸਾਲ ਬੈਠਾ ਰਿਆ ਤੁਹਾਡੇ ਮੂਹਰੇ ਬੈਠਾ ਰਿਆ ਹੁਣ ਚਕਾਉਂਗੇ ਕਿ ਨਹੀਂ ਮੈਂ ਕਿਹਾ ਉੱਥੇ ਅਸੀਂ ਆਪਣੇ ਵਰਕਰਾਂ ਨੂੰ ਹੁਣ ਕਿਉਂ ਤਕਲੀਫ ਦੇਈ ਜਾਈਏ ਵੀ ਉੱਥੇ ਬੈਠੇ ਰਹਿਣ ਗਰਮੀ ਚ ਮੁਕਰੋ ਨਾ ਉਹ ਜੀ ਹੁਣ ਤੁਸੀਂ ਸੁਣ ਤਾਂ ਸਪਸ਼ਟ ਕਰ ਦਿਓ ਅੱਜ ਇਹ ਗੱਲ ਇਹ ਮੈਂ ਜਵਾਬ ਲੈ ਕੇ ਜਾਊਂਗਾ ਅੱਜ ਤੁਹਾਡੇ ਸੁਣ ਤਾਂ ਲੋ ਸੁਣ ਤਾਂ ਲੋ ਮੱਕੜ ਸਾਹਿਬ ਮੈਂ ਕਿਹਾ ਹੁਣ ਬੈਠਣ ਵਾਲਾ ਕੰਮ ਖਤਮ ਉਹ ਕੰਮ ਚੱਲ ਗਏ ਹੁਣ ਕਿਸਾਨ ਵਿਚਾਰਾ ਸਾਲ ਮਰੇ 700 ਕਿਸਾਨ ਅਸੀਂ ਸ਼ਹੀਦ ਕਰਾ ਲੇ ਹੁਣ ਉਹਨੂੰ ਜਾ ਕੇ ਕਰੇਨਾ ਨਾਲ ਪੱਟ ਕੇ ਉਹਦਾ ਨਾਮੋਂ ਨਿਸ਼ਾਨ ਉੱਥੋਂ ਖਤਮ ਕਰਾਂਗੇ ਹੁਣ ਇਹ ਨਹੀਂ ਕੰਮ ਵੀ ਬਹਿ ਗਏ ਜੀ ਉੱਥੇ ਜਾ ਕੇ ਤਾਂ ਹੁਣ ਇਹਨਾਂ ਦੇ ਮੂੰਹ ਵੱਲ ਦੇਖੀ ਜਾਏ ਉਹ 31 ਮਾਰਚ ਨੂੰ ਜੇ ਪੁਲ ਕੰਪਲੀਟ ਨਹੀਂ ਹੋਣਗੇ ਤੁਸੀਂ ਉਹ ਰਿਕਾਰਡ ਹੋਈ ਵੀਡੀਓ ਕਈ ਸਾਲ ਖੜਾ ਨਹੀਂ ਛੱਡਦੀ 24 ਦਾ ਇਲੈਕਸ਼ਨ 29 ਦੇ ਇਲੈਕਸ਼ਨ 'ਚ ਵੀ ਚੱਲ ਜਾਣੀ ਐ ਕਰੇਨਾ ਨਾਲ ਤੁਸੀਂ ਕਹਿ ਰਹੇ ਹੋ ਜੇ ਕੰਮ ਕੰਪਲੀਟ ਨਾ ਹੋਇਆ ਪੱਟ ਦੇਓਗੇ ਜੀ ਆਪ ਮੈਂ ਕਿਸੇ ਨੂੰ ਨਹੀਂ ਕਿਸ ਦਰਜ ਕਰਾਉਂਦਾ ਮੈਂ ਆਪ 31 ਮਾਰਚ ਨੂੰ ਤੁਹਾਨੂੰ ਨਾਲ ਬਿਠਾ ਕੇ ਹੂੰ ਉਹ ਜਿਹੜਾ ਸਾਡੇ ਦੇ ਪਰਚਾ ਕਰਾਉਂਗੇ ਮਤਲਬ ਤੁਸੀਂ ਨਹੀਂ ਚਲੋ ਇਹ ਗਲਤ ਗੱਲ ਹੋ ਗਈ ਪਰਚਾ ਮੇਰੇ ਤੇ ਹੀ ਹੋਊਗਾ ਮੈਂ ਜ਼ਿੰਮੇਵਾਰੀ ਲਵਾਂਗਾ ਪਰ ਇੱਕ ਤਰੀਕ ਨੂੰ ਇਹ April Fool ਨਹੀਂ ਇੱਕ ਇੱਕ April Fool ਵਾਲਾ ਕੰਮ ਨਹੀਂ ਪਰ ਇੱਕ ਤਰੀਕ ਨੂੰ ਇਹ ਟੋ ਲਡਵਾਲ ਵਾਲਾ ਜਿਹੜਾ ਮਕਰਤ ਸਾਹਿਬ ਆਪਾਂ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ ਸੀਰੀਅਸ ਗੱਲ ਆ ਇਹ ਤੁਸੀਂ ਜਿਵੇਂ ਕਿਹਾ 300 ਰੁਪਈਆ ਮਕਰਸਾਬ ਹੂੰ ਜੇ ਆਮ ਬੰਦਾ ਜਾਂਦਾ ਕਿੰਨਾ ਦਰਬਾਰ ਸਾਹਿਬ ਨੂੰ ਲੋਕ ਦਿੱਲੀੋਂ ਤੁਰਦੇ ਆ ਉਹ ਖੱਜਲ ਖਵਾਰੀ ਇੱਥੇ ਹੁੰਦੀ ਆ ਆ ਕੇ ਮੈਂ ਕੱਲ ਚੈੱਕ ਕਰਨ ਲੱਗ ਗਿਆ ਪਰਸੋਂ ਟਰੱਕ ਵਾਲੇ ਨਿਕਲ ਕਿਸ ਔਖੀ ਤਰ੍ਹਾਂ ਇੱਕ ਐਡਾ ਡਾ ਲੋਡ ਭਾਰ ਪਰਿਆ ਟਾਈਮ ਸਿਰ ਪਹੁੰਚਾਉਣਾ ਜਾਮ ਚ ਫਸੇ ਪਏ ਨੇ ਇਹ 300 ਰੁਪਈਆ ਆਉਣ ਜਾਣ ਦਾ ਜੇਬ ਚ ਜਿਹਦਾ ਪਾਸ ਬਣਿਆ ਹੋਇਆ ਮੈਂ ਹੁਣੇ ਪੁੱਛ ਰਿਹਾ ਸੀ 150 ਰੁਪਏ ਜਿਹਦਾ ਪਾਸ ਵੀ ਬਣਾਇਆ ਉਹਦਾ ਵੀ 150 ਰੁਪਏ ਲੈ ਕੇ ਜੇਬ ਚ ਜਾਂਦੇ ਆ ਕਿਵੇਂ ਬਰਦਾਸ਼ਤ ਕਰ ਲਈਏ ਯਾਰ ਇਹ ਇਸ ਕਰਕੇ ਮੈਂ ਇਹ ਬਹੁਤ ਸੀਰੀਅਸ ਗੱਲ ਕਰ ਰਹੇ ਆ ਇੱਕ ਤਰੀਕ ਨੂੰ ਇਹ ਟੋਲ ਅਸੀਂ ਬਿਲਕੁਲ ਨਹੀਂ ਰਹਿਣ ਦਵਾਗੇ ਜੇ ਇਹ 540 ਕਰੋੜ ਰੁਪਏ ਹੋਰ ਵੀ ਲੱਗੇ ਇਹ ਇਹ ਕਲੈਕਸ਼ਨ ਤੋਂ ਇਲਾਵਾ 500 ਮੈਂ ਤਾਂ ਗਟਕਰੀ ਜੀ ਨੂੰ ਕਹਿਣਾ ਉਹਨਾਂ ਗਟਕਰੀ ਜੀ ਤੁਸੀਂ ਉਹਨਾਂ ਦਾ ਇੰਸਟਾਗ੍ਰam ਪੇਜ ਦੇਖਿਓ ਜਾਂ ਫੇਸਬੁੱਕ ਕਿਤੇ ਦਿਖਾ ਰਿਆ ਐ ਬਣ ਗਏ ਕਿਤੇ ਦਿਖਾ ਰਿਆ ਹੈਲੀਕਾਪਟਰ ਚ ਬਹਿ ਕੇ ਵੀ ਜੈੱਟ ਉਤਰ ਰਹੇ ਆ ਕਿਤੇ ਕੁਛ ਦਿਖਾ ਰਹੇ ਆ ਉਹ ਇੱਥੇ ਤਾਂ ਅਸੀਂ ਮਤਲਬ ਮੈਨੂੰ ਬਣੇ ਨੂੰ 8-9 ਸਾਲ ਹੋ ਗਏ ਮੈਂਬਰ ਪਾਰਲੀਮੈਂਟ ਇਹ ਉਹ ਦਿਨ ਦੇ ਪਲ ਪੂਰੇ ਨਹੀਂ ਹੋਏ ਸਾਤੋਂ ਇਸ ਕਰਕੇ ਅਸੀਂ ਵੀ ਜ਼ਿੰਮੇਵਾਰ ਕਿਉਂ ਨਹੀਂ ਗਏ ਇਸ ਚੀਜ਼ ਦੇ ਮੈਂ ਤਾਂ ਕਦੇ ਜ਼ਿੰਮੇਵਾਰੀ ਤੋਂ ਭੱਜਿਆ ਹੀ ਨਹੀਂ ਆਖਰੀ ਸਵਾਲ ਹੈ ਸੀਐਮ ਸਾਹਿਬ ਕਹਿੰਦੇ ਕਿ ਗੁਰਨਾਣਕ ਸਟੇਡੀਅਮ ਦੀਆਂ ਲੇਟਾਂ 6-7 ਸਾਲ ਬਾਅਦ ਅਸੀਂ ਚਲਾਈਆਂ ਕਹਿੰਦੇ ਆ ਕੇ ਬੰਦ ਪਈਆਂ ਰਹੀਆਂ ਸੀਐਮ ਸਾਹਿਬ ਜਿੰਨੇ ਵੀ ਟੀ ਮਿਨਿਸਟਰ ਆਏ ਨੇ ਪਿਛਲੇ ਦਿਨਾਂ ਤੋਂ ਜ਼ਿਆਦਾ 26 ਜਨਵਰੀ 15 ਅਗਸਤ ਕੋਵਿਡ ਨੂੰ ਛੱਡ ਦੋ ਇੱਥੇ ਹੀ ਝੰਡਾ ਲੜਾਉਂਦੇ ਸੀ ਦਿਨੇ ਲੜਾਉਂਦੇ ਸੀ ਨਾ ਉਹ ਕਹਿੰਦੇ ਰਾਤ ਦੀਆਂ ਲਾਈਟਾਂ ਅਸੀਂ ਚਲਾਈਆਂ ਆਗੇ ਰਾਤ ਨੂੰ ਸਿਕਿਉਰਿਟੀਾਂ ਤੁਹਾਨੂੰ ਪਤਾ ਕਿਸ ਤਰੀਕੇ ਨਾਲ ਚੀਫ ਮਿਨਿਸਟਰ ਦੀਆਂ ਹੁੰਦੀਆਂ ਹੂੰ ਪੰਜ-ਪੰਜ ਦਿਨ ਪਹਿਲਾਂ ਹੀ ਲੈ ਕੇ ਕੈਕ ਦਾ ਹਾਲ ਦੇਖਿਆ ਤੁਸੀਂ ਜਾ ਕੇ ਤੁਸੀਂ ਕੱਲ ਗਏ ਹੋ ਸੁਣ ਲੋ ਲਾਈਟਾਂ ਦੀ ਤਾਂ ਸੁਣ ਲੋ ਵੀ ਪੰਜ-ਪੰਜ ਦਿਨ ਪਹਿਲਾਂ ਹੀ ਪੁਲਿਸ ਵਾਲੇ ਜੇ ਇੱਕ ਬੱਲਬ ਵੀ ਹੋ ਬਿਨਾਂ ਫਿਊਜ ਹੋਵੇ ਨਾ ਉੱਥੇ ਦੋ ਲਵਾ ਦਿੰਦੇ ਆ ਹਾਂ ਇਸ ਕਰਕੇ ਇਹ ਗੱਲ ਉਹਨਾਂ ਦੀ ਵਾਜਬ ਨਹੀਂ ਉਹ ਤਾਂ ਹੁਣ ਮੈਂ ਮੇਰਾ ਦੋਸਤ ਵੀ ਨੇ ਪਰ ਕੀ ਕਰੀਏ ਪਰ ਬੋਲ ਜਾਂਦੇ ਆ ਹੁਣ ਸਰਾਬਾ ਸਾਹਿਬ ਦੇ ਆਏ ਹਮ ਇੱਕ ਦਿਨ ਪਹਿਲਾਂ ਹੀ ਆਏ ਹਰ ਇੱਕ ਜਗ੍ਹਾ ਇਹ ਕਹਿ ਜਾਂਦੇ ਆ ਵੀ ਮੈਨੂੰ ਤਾਂ ਲੋਕ ਕਹਿੰਦੇ ਜੀ ਆ ਪਹਿਲੇ ਹੀ ਹੋ ਤੁਸੀਂ ਜਿਹੜੇ ਆ ਕਦੇ ਐਸਾ ਕੋਈ ਟਾਈਮ ਨਹੀਂ ਹੋਇਆ ਸਰਦਾਰ ਬਿਆਨ ਸਿੰਘ ਜੀ ਤੋਂ ਲੈ ਕੇ ਬਾਦਲ ਸਾਹਿਬ ਤੋਂ ਲੈ ਕੇ ਜਿਹੜਾ ਚੀਫ ਮਿਨਿਸਟਰ ਸਰਾਬਾ ਸਾਹਿਬ ਉਹ ਐਡੀ ਬੜੀ ਜਿਹੜਾ ਚੀਫ ਮਿਨਿਸਟਰ ਉੱਥੇ ਨਹੀਂ ਆਇਆ ਹਮ ਬਾਦਲ ਸਾਹਿਬ ਦੇ ਕੋਲ ਟਾਈਮ ਬਹੁਤ ਲੰਬਾਰਿਆ 10 ਸਾਲ ਉਹ ਤਾਂ ਮੈਨੂੰ ਲੱਗਦਾ ਹਰ ਸਾਲ ਹੀ ਜਿਹੜਾ ਉਹ ਇੱਥੇ ਆਏ ਨੇ ਪਰ ਬਿੱਟੂ ਜੀ ਤੁਸੀਂ ਵੀ ਸੜਕ ਦਾ ਹਾਲ ਦੇਖਿਆ ਮੈਂ ਮੈਂ ਤੁਹਾਡੀ ਪੋਲੀਟਿਕਲ ਸਟੇਟਮੈਂਟ ਦੇ ਵਿੱਚ ਗੱਲ ਟੋਕ ਰਿਆਂ ਪੱਖੋਵਾਲ ਰੋਡ ਜਿਹੜੀ ਐ ਉਸੇ ਸਰਾਬੇ ਪਿੰਡ ਨੂੰ ਜਿੱਥੇ ਏਡਾ ਵੱਡਾ ਸ਼ਹੀਦ ਪੈਦਾ ਹੋਇਆ ਉਹ ਸੜਕ ਦਾ ਹਾਲ ਦੇਖਿਆ ਤੁਸੀਂ ਨਹੀਂ ਸੜਕਾਂ ਤਾਂ ਚਲੋ ਮੈਂ ਮੰਨਦਾ ਇਹ ਮੈਂ ਤਾਂ ਸਪੈਸੀਫਿਕ ਗੱਲ ਕਰ ਰਿਹਾ ਮੈਂ ਹੋਰ ਬਹੁਤ ਸਾਰੀਆਂ ਹੋਰ ਰੋਡ ਤੇ ਇਹ ਰੋਡ ਖਾਸ ਤੌਰ ਤੇ ਉਹ ਨੇ ਜਿਹੜੀਆਂ ਸ਼ਾਇਦ ਸਾਨੂੰ ਲੱਗਦਾ ਸਾਡੇ ਜਾਣ ਤੋਂ ਬਾਅਦ ਹੀ ਕਦੇ ਬਣਨਗੀਆਂ ਟੀਐਮ ਸਾਹਿਬ ਦਾ ਤਾਂ ਹਿਸਾਬ ਕਰ ਲਈਏ ਹ सीएम साहब ਤਾਂ ਉੜਨਖਟੋਲੇ ਚ ਆ ਗਏ ਤੇ ਉੱਥੇ ਲੋਕਾਂ ਨੇ ਇਹ ਸਾਡੇ ਵਰਗੇ ਨਮਾਣੇ ਜਿਹੜੇ ਛੋਟੇ ਐਮਪੀ ਨੇ ਉਹ ਵੀ ਪਿੰਡ ਨੂੰ ਕਦੇ ਕਿਉਂਕਿ ਉਹ ਸ਼ਹੀਦ ਦਾ ਲੋਕਾਂ ਨੇ ਆਪਣੇ ਘਰਾਂ ਚ ਲਾਉਣੀਆਂ ਇਟਾਂ ਉਸ ਪਿੰਡ ਨੂੰ ਕਦੇ ਇਹ ਨਹੀਂ ਹੋਇਆ 5-10 ਲੱਖ ਰੁਪਏ ਦੁਬਾਰ ਕੋਈ ਕੈਬਨਿਟ ਮੰਤਰੀ ਆਇਆ ਹੋਵੇ ਮੈਨੂੰ ਯਾਦ ਆ ਭਾਰਤਪੁਸ਼ਨਾਸ਼ੂ ਜੀ ਉਦੋਂ ਪਹਿਲਾਂ ਬਾਜਵਾ ਸਾਹਿਬ ਤ੍ਰਿਪਤਿੰਦਰ ਬਾਜਵਾ ਜੀ ਆਏ ਜਿਹੜੇ ਵੀ 5 ਸਾਲ ਦੀ ਟਿਨਿਓਰ ਰਹੀ ਕੋਈ ਐਸਾ ਮੰਤਰੀ ਨਹੀਂ ਜਿਨੇ ਮਾੜਾ ਮੋਟਾ ਤਿੱਲ ਫੁੱਲ ਜਿੰਨਾ ਜੋਗਾ ਨਾ ਕਿ ਇਹ ਪਹਿਲੇ ਮੁੱਖ ਮੰਤਰੀ ਨੇ ਪਹਿਲਾਂ ਤਾਂ ਮੈਚ ਰੁਕਾਇਆ ਦੇਖੋ ਕਦੇ چیਫ ਮਿਨਿਸਟਰ ਆਉਂਦਾ ਟਾਈਮ ਸੇ ਆਉਂਦਾ ਉਥੇ ਮੈਚ ਚੱਲ ਰਿਹਾ ਏ ਇੰਨਾ ਵੀ ਕਿਸੇ ਨੇ ਨਹੀਂ ਕਦੇ ਹੁਣ ਮੈਂ ਕੀ ਕਮਾ ਇੰਨੀ ਜ਼ਲਾਲਤ ਕਦੇ ਹੋਈ ਨਹੀਂ ਵੀ ਮੁੱਖ ਮੰਤਰੀ ਨੂੰ ਕਹਿਣਾ ਪਵੇ ਆਪ ਜੀ ਮੈਚ ਰੋਕ ਦਿਓ ਮੈਂ 2 ਮਿੰਟ ਤੇ ਉੱਥੇ ਝੂਟਕੀ ਬੋਲਿਆ ਹਲਵਾਰੇ ਵਾਲਾ 에어ਪੋਰਟ ਹੂੰ ਸਿਵਲ 에어ਪੋਰਟ ਤੁਸੀਂ ਹੀ ਦੱਸੋ ਮੈਨੂੰ ਤੁਸੀਂ ਹੀ ਦੱਸ ਦਿਓ ਮੈਨੂੰ ਬਈ 3 ਸਾਲ ਤੋਂ ਵੱਧ ਚੀ ਮਿਨਿਸਟਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਅਨਾਉਂਸ ਕਰਨ ਨੂੰ ਹੋ ਗਏ ਉੱਥੇ ਕੰਮ ਚੱਲ ਰਿਹਾ ਸੀ ਉਹ ਜਿਹੜਾ ਠੇਕੇਦਾਰ ਆ ਉਹਨੂੰ ਭਜਾਤਾ ਉਹਨੂੰ ਪੈਸੇ ਨਹੀਂ ਦਿੱਤੇ ਕਿਉਂਕਿ ਪਿਛਲੇ ਨਵੰਬਰ ਤੱਕ ਅਸੀਂ ਪੂਰਾ ਕਰਨਾ ਸੀ ਉਹਨੂੰ ਭਜਾਤਾ ਜਿਹਨੇ ਸੜਕ ਦਾ ਤੇ ਉਹ ਕੋਸ਼ਿਸ਼ ਇਹ ਸੀ ਬਈ ਵੱਡਾ ਟਰਮੀਨਲ ਜਿਹੜਾ 48 ਕਰੋੜ ਦੀ ਗੱਲ ਆ ਉਹਨੂੰ ਬਣਨ ਨੂੰ ਟਾਈਮ ਲੱਗੂਗਾ ਹੂੰ 48 ਕਰੋੜ ਦਾ ਜਿਹੜਾ ਵੱਡਾ ਟਰਮੀਨਲ ਉਹਨੂੰ ਬਣਨ ਨੂੰ ਟਾਈਮ ਲੱਗੂਗਾ ਵੀ ਆਪਾਂ ਸਭ ਤੋਂ ਪਹਿਲਾਂ ਟੈਂਪਰੇਰੀ ਉਹ 7-8 ਕਰੋੜ ਰੁਪਈਆ ਉਹ ਚ ਲੱਗ ਰਿਹਾ ਸੀ ਵੀ ਆਪਾਂ ਫਲਾਈਟਾਂ ਉਤਰਨ ਲਈ ਕਿਉਂਕਿ ਰਨਵੇ ਤਾਂ ਫੌਜ ਦਾ ਹੈਗਾ ਏ ਇੱਕ ਟੈਂਪਰੇਰੀ ਬਿਲਡਿੰਗ ਬਣਾ ਕੇ ਫਲਾਈਟਾਂ ਸ਼ੁਰੂ ਕਰੀਏ ਇੱਥੇ ਇਹਨਾਂ ਨੇ ਉਹਨੂੰ ਜਾਣ ਕੇ ਉਹਨੂੰ ਭਜਾਤਾ ਡਿਫਾਲਟ ਕਰਵਾਤਾ ਤੇ ਹੁਣ 48 ਕਰੋੜ ਦਾ ਪਤਾ ਨਹੀਂ ਕਾਦੋਂ ਦੇ ਟੈਂਡਰ ਸ਼ੁਰੂ ਹੋਣਗੇ ਕਦ ਉਹਦੀ ਬਿਲਡਿੰਗ ਬਣੂਗੀ ਕਦ ਉਹ ਸ਼ੁਰੂਆਤ ਹੋਊਗੀ ਉਹਨੂੰ ਸਮਾਂ ਤੇ ਡਿਲੇ ਕੀਤਾ ਤੇ ਦੂਜੀ ਗੱਲ ਸਰਾਭਾ ਸਾਹਿਬ ਦੇ ਨਾਂ ਤੇ ਇਹਨਾਂ ਦੀ ਨਾਂ ਰੱਖਣ ਦੀ ਸੈਂਟਰ ਗਵਰਨਮੈਂਟ ਦੀ ਪਾਵਰ ਹੂੰ ਮਹਾਲੀ ਵਾਲੇ ਭਗਤ ਸਿੰਘ ਦੇ ਨਾਂ ਰੱਖਿਆ ਪ੍ਰਾਈਮ ਮਿੰისტਰ ਨੇ ਅਨਾਉਂਸ ਕੀਤਾ ਇਹਨਾਂ ਦਾ ਵਿੱਚ ਕੀ ਲੈਣਾ ਦੇਣਾ ਤੇ ਇਸ ਕਰਕੇ ਉੱਥੇ ਉਹ ਕਹੀ ਗਏ ਜੀ ਐਮਨੈਂਸ ਸਕੂਲ ਸਾਡਾ ਕਹਿੰਦੇ ਕੋਈ ਨਹੀਂ ਮੇਰੇ ਕੋਲ ਉੱਥੇ ਆ ਜਿਓ ਜਾਂ ਨੰਬਰ ਦੇ ਦਿਓ ਮੈਨੂੰ ਟੈਲੀਫੋਨ ਉਹ ਬਈ ਚੀਫ ਮਿੰისტਰ ਆ ਕਾਰ ਹੁਕਮ ਵੀ ਇਥੇ 100 ਕਰੋੜ ਰੁਪਇਆ ਲਾ ਦੋ ਪਿੰਡ ਤੇ ਤੁਸੀਂ ਸੜਕ ਦੀ ਗੱਲ ਕਰਦੇ ਹੋ ਸੜਕਾਂ ਦਾ ਇੱਕ ਜਗ੍ਹਾ ਵੀ ਮੈਨੂੰ ਕਿਤੇ ਦਿਖਾਓ ਤਾਂ ਅਸੀਂ ਲੁੱਕ ਪੈਂਦੀ ਸੜਕ ਬਣਨੀ ਤੁਹਾਡੇ ਕੋਲੇ ਅਧਿਕਾਰ ਹੈਗਾ ਨਹੀਂ ਮੇਰੇ ਕੋਲ ਨਹੀਂ ਤੁਸੀਂ ਸੜਕ ਬਣਾ ਸਕਦੇ ਹੋ ਉਹ ਨਹੀਂ ਮੈਂ ਮੇਰੇ ਮੇਰੇ ਕੋਲ ਨਹੀਂ ਉਹ ਕਿਉਂ ਨਹੀਂ ਬਣ ਰਹੀ ਇਹਦਾ ਕਾਰਨ ਵੀ ਸੁਣ ਲਓ ਨਾ ਪਹਿਲਾਂ ਕੋਈ ਮਿੱਟੀ ਦੀ ਪਾਲਿਸੀ ਨਹੀਂ ਬਣਾਈ ਸਾਰੇ ਠੇਕੇਦਾਰ ਕੰਮ ਬੰਦ ਪਏ ਆ ਪਿੰਡ ਵਾਲੇ ਕਹਿੰਦੇ ਰਾਏਕੋਟ ਵਾਲਾ ਟੋਲ ਪਲਾਜ਼ਾ ਇਸ ਕਰਕੇ ਉਹ ਸੜਕ ਨਹੀਂ ਬਣ ਰਹੀ ਜੇ ਉਹ ਸੜਕ ਬਣ ਜਾਂਦੀ ਹੈ ਲੋਕ ਵਾਇਆ ਪੱਖੋਵਾਲ ਰਾਏਕੋਟ ਜਾਇਆ ਕਰਨਗੇ ਜਿਹੜਾ ਜਿਹੜਾ ਮੁੱਲਾਂਪੁਰ ਵਾਲਾ ਟੋਲ ਪਲਾਜ਼ਾ ਮੁੱਲਾਂਪੁਰ ਤੋਂ ਰਾਏਕੋਟ ਜਾਂਦੇ ਇਸ ਕਰਕੇ ਉਹ ਸੜਕ ਨਹੀਂ ਬਣ ਰਹੀ ਦੇਖੋ ਇਹ ਗੱਲ ਮੈਂ ਕਦੇ ਝੂਠ ਬੋਲਿਆ ਨਹੀਂ ਮੈਨੂੰ ਇਸ ਗੱਲ ਦੀ ਆ ਜਾਣਕਾਰੀ ਨਹੀਂ ਗਈ ਪਰ ਮੈਂ ਮੰਡੇ ਨੂੰ ਤੁਸੀਂ ਇੰਟਰਵਿਨ ਕਰ ਸਕਦੇ ਹੋ ਇਸ ਮੈਂ સોਮਵਾਰ ਨੂੰ ਹੀ ਮੈਂ ਅਫਸਰ ਨਾਲ ਇਹ ਗੱਲ ਕਰਕੇ ਤੇ ਤੁਹਾਨੂੰ ਦੱਸੂਗਾ ਵੀ ਬਈ ਵਾਕਈ ਰੀਜ਼ਨ ਕੀ ਹੈ ਇਹਦੇ ਅੰਦਰ ਤੇ ਉਹ ਕਿਵੇਂ ਜਲਦੀ ਤੋਂ ਜਲਦੀ ਸ਼ੁਰੂ ਹੋ ਕਿਉਂਕਿ ਹੁਣ ਤਾਂ ਸਿਆਲ ਆ ਗਿਆ ਹੁਣ ਵਿਟਾਮਨ ਲੁੱਕ ਦਾ ਕੰਮ ਜਿਹੜਾ ਏ ਉਹ ਮਾਰਚ 'ਚ ਜਾ ਕੇ ਉਹ ਚੱਲੂਗਾ ਹੁਣ ਰੇਤੇ ਵਾਲਾ ਕੰਮ ਸ਼ੁਰੂ ਹੋਇਆ ਏ ਉਹ ਮੁੱਕਿਆ ਤਾਂ ਪਰ ਹੁਣ ਇਸ ਵੇਲੇ ਲੋਕਾਂ ਵਾਲਾ ਕੰਮ ਬੰਦ ਹੋ ਜੋ ਸਿਆਲ 'ਚ ਸੜਕ ਕੋਈ ਬਣਨੀ ਨਹੀਂ ਉਹ ਕਿਵੇਂ ਕਿਸ ਲੈਵਲ ਤੇ ਮੈਂ ਸੈਕਟਰੀ ਲੈਵਲ ਤੇ ਵੀ ਕਿਉਂਕਿ ਇਹ ਸ਼ਹੀਦ ਦੇ ਪਿੰਡ ਦੀ ਇਹ ਗੱਲ ਆ ਮੈਂ ਜ਼ਰੂਰ ਆਪਣੇ ਵੱਲੋਂ ਇੰਟਰਵਿਨ ਕਰਕੇ ਇਹਦਾ ਹਸਾਬ ਕਿਤਾਬ ਜ਼ਰੂਰ ਲਵਾਂਗਾ ਬਹੁਤ ਧੰਨਵਾਦ ਬਿੱਟੂ ਜੀ ਸਮਾਂ ਦੇਣ ਵਾਸਤੇ 900 ਕਰੋੜ ਜ਼ਰੂਰ ਦੱਸ ਦਿਓ 930 ਕਰੋੜ ਕਹੇ ਆ ਤੁਸੀਂ ਬਈ ਇਹ ਸਮਾਰਟ ਸਿਟੀ ਤੋਂ ਇੱਕ ਦਿਨ ਮੇਰੇ ਨਾਲ ਹੁਣ ਇੱਕ ਗੱਲ ਹੋਰ ਸੁਣ ਲਓ ਹਮ ਇਹ ਅਸੀਂ ਕੱਲੇ ਕੱਲੇ ਸਟਿੰਗ ਕਰਨੇ ਆ ਜਾ ਕੇ ਜਿਹੜਾ ਤੁਸੀਂ ਮੁਰਗੀ ਮੁਰਗੇ ਵਧਣ ਵਾਸਤੇ ਕਿਹੜੀ ਜਗ੍ਹਾ ਬਣੀ ਆ ਤੁਸੀਂ ਕਹਿ ਕੇ ਬਿਲਡਿੰਗਾਂ ਦੇ ਉੱਤੇ ਜਿਹੜਾ ਸੋਲਰ ਪੈਨਲ ਲਾਏ ਆ ਤੁਸੀਂ ਕਹਿ ਕੇ ਸੀਸੀਟੀਵੀ ਕੈਮਰੇ ਲੱਗੇ ਆ ਜਿਹੜੀਆਂ ਟਾਟਾ ਨੇ ਲਾਈਟਾਂ ਲਾਈਆਂ ਰਾਤ ਨੂੰ ਸਾਡੇ ਰਿਪੋਰਟਰ ਉਹ ਲਾਈਟਾਂ ਵੀ ਚੈੱਕ ਕਰਨਗੇ ਲੱਗੀਆਂ ਕਿ ਨਹੀਂ ਲੱਗੀਆਂ ਇੱਕ ਹੋਰ ਸੁਣ ਲਓ ਹੋਰ ਸੁਣ ਲਓ ਬਹੁਤ ਸ਼ਾਰਟ ਦੇ ਵਿੱਚ ਮੈਂ ਜੀ ਇੱਕ ਜਿਹੜੀ ਛੋਟੀਆਂ ਚੀਜ਼ਾਂ ਨਹੀਂ ਇਹ ਹੁੰਦੀਆਂ ਅੱਜ ਤੱਕ ਕਿਸੇ ਨੇ ਇਹ ਕਿੱਡਾ ਵੱਡਾ ਸ਼ਹਿਰ ਆ ਇਹਦੇ ਵਿੱਚ ਕਦੇ ਵੀ ਆ ਤੁਹਾਨੂੰ ਯਾਦਨ ਜਦੋਂ ਅੱਗ ਲੱਗੀ ਸੀ ਭੋਲਾ ਉਹ ਫੈਕਟਰੀ ਸਾਰੀ ਉਹ ਗੋਲਾ ਵਾਲਿਆਂ ਦੇ ਉਸ ਵੇਲੇ ਕਿਸੇ ਕੋਲ ਫਾਇਰ ਬ੍ਰਿਗੇਡ ਵਾਲੇ ਕੋਲ ਅੰਦਰ ਜਾਣ ਨੂੰ ਬੂਟ ਤੱਕ ਨਹੀਂ ਸੀਗੇ ਜਿਹੜੇ ਅੰਦਰ ਗਏ ਉਹ ਸ਼ਹੀਦ ਹੋ ਗਏ ਤੇ ਜਿਹੜਾ ਜਾਂਦਾ ਸੀ ਉਹਦੇ ਬੂਟ ਉਸ ਵੇਲੇ ਅਸੀਂ ਸਾਰਾ ਇਕਵਿਪਮੈਂਟ ਜਿਹੜਾ ਉਹਨਾਂ ਨੂੰ ਸਪਲਾਈ ਕੀਤਾ ਤੇ ਇੱਕ ਸਭ ਤੋਂ ਮਹਿੰਗੀ ਜਿਹੜੀ ਇਹਨਾਂ ਲਈ ਅਸੀਂ ਫਾਇਰ ਫਾਈਟਿੰਗ ਜਿਹੜੀ ਮਸ਼ੀਨਾਂ ਲੈਂਦੀਆਂ ਉਹ 6.45 ਕਰੋੜ ਦੀਆਂ ਆ ਤੁਸੀਂ ਉਹਨਾਂ ਨੂੰ ਜਾ ਕੇ ਦੇਖਿਓ ਵੀ ਕਿਸ ਵਧੀਆ ਤਰੀਕੇ ਨਾਲ ਉਹ ਪਹੁੰਚੀ ਉਹ 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 ਬਣੀਆਂ ਐ ਦੂਜਾ ਇੱਕ ਬੁੱਢੇ ਨਾਲੇ ਬਾਰੇ ਮੈਂ ਜ਼ਰੂਰ ਤੁਹਾਡੇ ਮੂਰੇ ਗੱਲ ਕਰਨਾ ਚਾਹੁੰਦਾ ਇਹ ਕਿਉਂਕਿ ਦੁਨੀਆ ਤੱਕ ਤੁਹਾਡੀ ਗੱਲ ਜਾਣੀ ਹੈ ਅਸੀਂ 250 ਕਰੋੜ ਰੁਪਈਆ ਸਮਾਰਟ ਸਿਟੀ ਚੋ ਦਿੱਤਾ 250 ਕਰੋੜ ਉਦੋਂ ਬਾਅਦ ਸਵੱਛ ਭਾਰਤ ਜੋ ਅਸੀਂ 300 ਕਰੋੜ ਤੋਂ ਉੱਤੇ ਉੱਥੋਂ ਲੈ ਕੇ ਆਏ ਹੁਣ ਜਿਹੜਾ ਥੋੜੇ ਮੈਂ ਇਸ਼ੂ ਚੱਕਣਾ ਚਾਹੁੰਦਾ ਏ ਮੈਂ ਹੈਰਾਨ ਆ ਵੀ ਸਹਿਕਮੇ ਦੇ ਅਫਸਰ ਇਹ ਲੋਕ ਕਰਦੇ ਕੀ ਨੇ ਉਦੋਂ ਕੈਪਟਨ ਸਾਹਿਬ ਵੀ ਸੀ ਸਾਰੇ ਚੀਫ ਸਕੱਟਰੀ ਸੈਕਟਰੀ ਤੇ ਲੋਕਲ ਬਾਡੀਜ਼ ਦੇ ਜਿਹੜੇ ਅੱਜ ਚੀਫ ਮਿਨਿਸਟਰ ਦੇ ਵਿਨੂ ਪ੍ਰਸ਼ਾਦ ਜੀ ਆ ਉਹ ਸੈਕਟਰੀ ਸੀ ਜੀ ਮੈਂ ਉਹਨਾਂ ਨੂੰ ਸੰਬੋਧਨ ਹੋ ਕੇ ਸਿੱਧੀ ਇਹ ਗੱਲ ਕਰਨੀ ਚਾਹ ਰਿਹਾ ਹਾਂ ਜਦੋਂ ਆ ਮੀਟਿੰਗ ਮੈਂ ਲਈ ਹੁਣ ਸਮਾਰਟ ਸਿਟੀ ਦੇ ਵਿੱਚ 600 ਕਰੋੜ ਦਾ ਭਾਈ ਦੱਸੋ ਬਹੁਤ ਕੁਝ ਬਣ ਰਿਹਾ ਉਹ ਤੋਂ ਇਲਾਵਾ 14 ਕਰੋੜ ਰੁਪਈਆ ਇਹ ਚੋ ਇਹ ਚੋ 600 ਤੋਂ ਲਾਵਾ 14 ਕਰੋੜ ਰੁਪਈਆ ਮੈਂ ਸਮਾਰਟ ਸਿਟੀ ਚ ਦਿੱਤਾ ਵੀ ਜਿਹੜੀ ਉਹਦੀ ਫੈਂਸਿੰਗ ਹੋ ਰਹੀ ਹੈ ਹੂੰ ਉਸ ਤੋਂ ਬਾਅਦ 4 4.5 ਕਰੋੜ ਰੁਪਈਆ ਦਿੱਤਾ ਜਿਹੜਾ ਕਿ ਸਤਲੁਜ ਤੋਂ ਪਾਣੀ ਵੀ ਸਾਫ਼ ਪਾਣੀ ਜਿਹੜਾ ਏ ਕਿਉਂਕਿ ਗੰਦਾ ਪਾਣੀ ਖੜਾ ਰਹਿੰਦਾ ਉਹਨੂੰ ਪੁਸ਼ ਕਰੇ 4.5 ਕਰੋੜ ਰੁਪਈਆ ਉੱਥੇ ਲਾਇਆ ਜਿੱਦੋਂ ਪਾਣੀ ਆ ਰਿਹਾ ਉਹ ਵੀ ਤੁਸੀਂ ਜੇ ਦੇਖਣਾ ਜਾ ਕੇ ਬਈ ਇੰਨੇ ਉਪਰਾਲੇ ਹੁਣ ਕੀ ਕਹਿੰਦੇ ਆ ਜਦੋਂ ਆਖਰੀ ਮੀਟਿੰਗ ਹੋਈ ਉੱਥੇ ਸੀਵਰੇਜ ਬੋਰਡ ਦਾ ਜਿਹੜੇ ਅਫਸਰ ਆਏ ਉਹ ਕਹਿਣ ਲੱਗੇ ਜੀ ਇਹ ਤਾਂ 600 ਕਰੋੜ ਤਾਂ ਤੁਹਾਡਾ ਬਿਲਕੁਲ ਠੀਕ ਆ ਆਪਾਂ ਐਸਟੀਪੀ ਬਣਾ ਰਹੇ ਆ ਦੂਜਾ ਬਣਾ ਰਹੇ ਆ ਪਰ ਜੀ ਜਿਹੜੇ 46 ਪਿੰਡ ਪੈਂਦੇ ਆ ਮਾਛੀਵਾੜੇ ਤੋਂ ਤਾਜਪੁਰ ਤੱਕ ਹੂੰ 46 ਪਿੰਡ ਮਾਛੀਵਾੜੇ ਤੋਂ ਉਹ ਜਿਹੜੇ ਪਿੰਡ ਨੇ ਸਾਰੇ ਇਹ ਜਿਹੜਾ ਇਸ਼ੂ ਚੱਕਣ ਵਾਲਾ ਐ ਇਸ ਵੇਲੇ ਇਹ ਜਵਾਬ ਦੇ ਹੀ ਬਹੁਤ ਵੱਡੀ ਸਰਕਾਰ ਤੇ ਅੱਗੇ ਬਣਨੀ ਆ ਉਹ ਸਾਰਾ ਦਾ ਸਾਰਾ ਗੋਹਾ ਜਿਹੜਾ ਉਹ ਚ ਜਾਂਦਾ 46 ਪਿੰਡਾਂ ਦੀ ਕੋਈ ਡੇਰੀ ਆ ਜਾਂ ਕਿਸਾਨ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਹਮ ਪਰ ਹੁਣ ਇਹ ਕਹਿੰਦੇ ਵੀ ਇਹ ਸਾਰਾ ਕੁਝ ਤਾਂ ਆਪਣਾ ਜੀ 600 ਕਰੋੜ ਫੇਲ ਹੋ ਜਾਊਗਾ ਕਿਉਂਕਿ ਗੋਹੇ ਨੇ ਆ ਕੇ ਉਹ ਚੋਕ ਕਰ ਦੇਣਾ ਉਹ ਜਿਹੜੇ ਡੋਮੈਸਟਿਕ ਵੇਸ ਸਾਫ਼ ਕਰਨਾ ਐ ਜਾਂ ਜਿਹੜਾ ਫੈਕਟਰੀਆਂ ਦਾ ਸਾਫ਼ ਕਰ ਰਹੇ ਆ ਕਰ ਰਹੇ ਆ ਕੈਮੀਕਲ ਤੇ ਜ ਉਹ ਗੋਹਾ ਸਾਰਾ ਕੁਝ ਆ ਕੇ ਜਾਮ ਕਰ ਦੂਗਾ ਹੁਣ ਇਹ ਐਡਾ ਵੱਡਾ ਫਿਕਰ ਵਾਲੀ ਗੱਲ ਹੋ ਗਈ ਹੁਣ ਮੈਂ ਉਸ ਦਿਨ ਕਿਹਾ ਵੀ ਭਾਈ ਫਿਰ ਐਨੀਮਲ ਸੈਂਡਰੀ ਵਾਲੇ ਸਦੋ ਐਗਰੀਕਲਚਰ ਮਹਿਕਮਾ ਸਦੋ ਰੂਰਲ ਡਿਵੈਲਪਮੈਂਟ ਵਾਲੇ ਸਦੋ ਇਹ ਸੁੱਤੇ ਪਏ ਸੀ ਉਦੋਂ ਕਿਉਂ ਨਾ ਦੱਸਿਆ ਹਮ ਹੁਣ 600 ਕਰੋੜ ਦਾ 600 ਕਰੋੜ ਉਹ ਉਹ ਪਾਣੀ ਚ ਪਾਉਣਾ ਖਿਲਾੜੀ ਕੰਪਨੀਆਂ ਬੰਬੇ ਦੀ ਬਹੁਤ ਵੱਡੀ ਜਿਹੜਾ ਕੰਮ ਕਰ ਰਹੀ ਆ ਉਹ ਅਗਲੇ ਕੁਝ ਦਿਨਾਂ ਚ ਮੀਟਿੰਗ ਰੱਖੀ ਆ ਤੇ ਥੋੜੇ ਰਾਹੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਸਾਡੇ ਮੈਂ ਆ ਲੈਟਰ ਵੀ ਹੁਣੀ ਸਾਈਨ ਕਰ ਰਿਆ ਸੀ ਸਾਡੇ ਜਿਹੜੇ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਨੇ ਜਿਹੜੇ ਉਸ ਵੇਲੇ ਲੋਕਲ ਬਾਡੀਸ ਸੇ ਉਹ ਜ਼ਰੂਰ ਧਿਆਨ ਦੇਣ ਬਿਲਕੁਲ ਬਿਲਕੁਲ ਇਹ ਵੱਡਾ ਕੰਮ ਆ ਨਹੀਂ ਸਾਨੂੰ ਪਤਾ ਪਾਰਲੀਮੈਂਟ ਚ ਬਹਿ ਕੇ ਗੰਗਾ ਨਗਰ ਦੇ ਮੈਂਬਰ ਪਾਰਲੀਮੈਂਟ ਵੀ ਉੱਥੇ ਦੇ ਲੋਕ ਵੀ ਕੈਂਸਰ ਪੀਰੀਅਡ ਤੇ ਨੇ ਉਹ ਸਾਨੂੰ ਉਲੰਭਾ ਦਿੰਦੇ ਆ ਵੀ ਤੁਸੀਂ ਇਹ ਨਾਲ ਕਰਕੇ ਕੈਂਸਰ ਆ ਰਿਹਾ ਪਰ ਅੱਜ ਤੱਕ 1 ਰੁਪਿਆ ਨਹੀਂ ਮਿਲਿਆ ਮੈਨੂੰ ਇਹ ਮਾਣ 600 ਕਰੋੜ ਰੁਪਈਆ ਸੁਣਨਾ ਕਹਿਣਾ ਹੀ ਸੌਖਾ ਹੁੰਦਾ ਜੇ ਭਰਨ ਲੱਗੋ ਨਾ ਆ ਗਰਾਊਂਡ ਵੀ ਭਰ ਜੇ ਇੰਨਾ ਪੈਸਾ ਏ ਤੇ ਹੁਣ ਇਦੋਂ ਵੱਧ ਮੈਂ 900 ਕਰੋੜ ਤੋਂ ਉੱਤੇ ਮੈਂ ਲੁਧਿਆਣੇ ਲਈ ਲਿਆ ਆ ਹੂੰ ਉਹ 30 ਕਰੋੜ ਪਤਾ ਨਹੀਂ ਖਾ ਜਾਣੇ 930 ਗਣਾ ਏ ਤੁਸੀਂ ਛੋਟੇ ਬਹੁਤ ਧੰਨਵਾਦ ਛੋਟੇ ਲੱਗਦੇ ਆ 900 ਦੇ ਪੂਰੇ ਨਾਲ 30 ਤਾਂ ਬਹੁਤ ਧੰਨਵਾਦ ਰਵਨੀਤ ਬਿੱਟੂ ਜੀ ਤੁਸੀਂ ਸਮਾਂ ਦਿੱਤਾ ਤੁਹਾਡੇ ਤੇ ਗਿਲਾ ਰਹਿੰਦਾ ਤੁਸੀਂ ਫੋਨ ਨਹੀਂ ਚੱਕਦੇ ਪਰ ਅੱਜ ਖੁੱਲਾ ਸਮਾਂ ਦਿੱਤਾ ਹੈ ਤੁਸੀਂ ਬਹੁਤ ਸ਼ੁਕਰੀਆ ਦੇਖੋ ਮੇਰੇ ਤਾਂ ਤੁਸੀਂ ਹਮੇਸ਼ਾ ਭਰਾ ਉਹ ਕਈ ਕਾਰਨ ਸਿਕਿਉਰਿਟੀਆਂ ਦੇ ਕਰਕੇ ਕਈ ਐਸੀਆਂ ਪਾਬੰਦੀਆਂ ਹੋ ਜਾਂਦੀਆਂ ਹਾਲਾਤ ਐਸੇ ਹੋਏ ਹੋਏ ਨੇ ਪੰਜਾਬ ਦੇ ਕਈ ਤੁਹਾਡੇ ਨਾਲ ਦੇ ਹੱਸਦੇ ਕਹਿੰਦੇ ਪਰਿਵਾਰ ਦਾ ਫੋਨ ਨਹੀਂ ਚੱਕਦੇ ਤੁਹਾਡਾ ਕੀ ਚੱਕਣਾ ਹੈ ਜੀ ਬਹੁਤ ਸ਼ੁਕਰੀਆ ਕਾਨੂੰ ਬੋਟਾਂ ਆ ਰਹੀਆਂ ਨੇੜੇ ਕਾਨੂੰ ਇਹ ਜੀਆਂ ਗੱਲਾਂ ਕਰਦੇ ਹਾਂ ਫਿਲਹਾਲ ਇਸ ਪੇਸ਼ਕਸ਼ 'ਚ ਇਹਨਾਂ ਇਜਾਜ਼ਤ ਦਿਓ ਧੰਨਵਾਦ